मैं ना तड़की से टुटना कहता यार मार लाइए बुढ़ी जी का नहीं होती तो है ही नहीं समान भी नहीं पैसे भी नहीं चल इन्ना कता लाइए जरा ना लग्या होया शाबाश दीप यही कसर रह गई सी तेरे प्यो दी दारू ने ना मेरी जवानी रोलती ते तू मेरा बड़ा परोलन ते हो गया ओ मां बक जा यार तू ही ना तड़की आके लेक्चर करन लग जा कर माड़ी मटी शर्म कर ला तेनू किवें असी पालिया सी तेरे दुखां ने तेरा बापू बस कर माता बस कर बक जा इथों क्यों तू मेनू तड़की आके तपाउन लग जानी है जे पैसे हैगे ने दे दे कदी नहीं सी सोचिया वे साडा एक एक मुंडा आ कुछ ओ करूगा चुप कर जा माता हेलो तेनू चिट्टा भी तेरे शर्म नहीं आई ओ चुप कर जा माता मैं मारू तेरे कुछ चक के इथों ओए गोल्डी हाँ ओए समान हैगा यार यही कुछ रह गया सी बाकी दे दे यार बाई बन के जमा और मरी जाना माँ दे सामने ही जमा मरी जाना पैसे मैं कल नू दे दूं यार दे दे यार भाई बन के यार गोल्डी चल मैं पैसे लेके आना उस्माने ता मर जाना मैनू नहीं पता चंगा मैं ता पैसे दे माता जेदा मैं 25 साल दा जवार पुत मां दे सामने चिट्टा पींदा बुकी जे ना जा मैनू पैसे दे दे मैं मर जू सौ लगे मेरे कोल है नहीं पैसे तेरे चिट्टे वास्ते मैं पैसे दे दे मैं तेनू गल कहती इक मैनू नहीं पता छड तेनू शर्म नहीं आदी मैनू पैसे दे दे मैं मर जू माता मेरा सरदा नहीं समान पीते बिना पैसे दे दे मैनू मेरे कोल पैसे है नहीं दीप आ मोबाइल जा दे दे फिर जदों पैसे आ गए उदों दे दी नहीं पुत मेरा फोन मेनू दे दे बन जा परा हो जा तू तेरी भैन दा फोन आंदा आई जाऊ भैन दा फोन मैं सारे नु इन्ना तंग करदे आ तेरी वजह करके ओ किते किते मेरे नाल दुख मैनू मैनू बकवास जाना बड़ा करया कर तू जांदे नु टोकन लग जू हरेक थावे हाय रब्बा ਕਿਹੜਾ ਗੁਨਾਹ ਕਰ ਦਿੱਤਾ ਸੀ ਜਿਹੜਾ ਮੈਨੂੰ ਆਹ ਸਜ਼ਾ ਮਿਲਦੀ ਪਈ ਆ ਮੈਂ ਤਾਂ ਕਦੀ ਕਿਸੇ ਦਾ ਮਾੜਾ ਵੀ ਨਹੀਂ ਸੋਚਿਆ ਤੇ ਮੇਰਾ ਪੁੱਤ ਉਹਨਾਂ ਲੋਕਾਂ ਦਾ ਵੀ ਕੱਖ ਨਹੀਂ ਰਹਿਣਾ ਜਿਹਨੇ ਮੇਰੇ ਪੁੱਤ ਨੂੰ ਚਿੱਟੇ ਤੇ ਲਾਇਆ ਰੱਬਾ ਮੇਰੇ ਪੁੱਤ ਨੂੰ ਸੋਧੀ ਹੋਏ ਵਾਹਿਗੁਰੂ ਭੈਣੇ ਘਰੇ ਹੋ ਹਾਂ ਅਜੇ ਭੈਣੇ ਘਰੇ ਹੀ ਆ ਬਹਿ ਜਾ ਕਿੱਦਾਂ ਆਉਣੇ ਹੋਏ ਮੈਂ ਤਾਂ ਭੈਣੇ ਖੰਡ ਦੀ ਕੌਲੀ ਲੈਣ ਆਈ ਸੀ ਉਹ ਨਾ ਅੰਸ਼ ਦੇ ਪਾਪਾ ਗਏ ਹੋਏ ਨੇ ਸ਼ਾਮ ਨੂੰ ਆਉਂਦੇ ਹੋਏ ਲੈ ਆਉਣਗੇ ਖੰਡ ਕੋਈ ਨਹੀਂ ਖੰਡ ਤਾਂ ਲੈ ਜਾ ਅਤੇ ਸਵੇਰੇ ਰੌਲਾ ਕਾਹਦਾ ਪੈ ਰਿਹਾ ਸੀ ਭੈਣੇ ਤੁਹਾਡੇ ਰੌਲਾ ਰੌਲਾ ਤਾਂ ਤੈਨੂੰ ਪਤਾ ਹੀ ਆ ਹੁਣ ਤਾਂ ਰੌਲਾ ਰੋਜ਼ ਪੈਂਦਾ ਮੇਰਾ ਇੱਕੋ ਇੱਕ ਪੁੱਤ 25 ਸਾਲਾਂ ਦਾ ਕਿਸੇ ਨੇ ਚਿੱਟੇ ਤੇ ਲਾਤਾ ਤੇ ਦਿਨ ਰਾਤ ਉਹ ਚਿੱਟਾ ਪੀ ਜਾਂਦਾ ਮੈਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਵੀ ਉਹ ਠੀਕ ਹੋ ਜਵੇ ਜਲਦੀ ਜਲਦੀ ਕੋਈ ਨਾ ਭੈਣੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੈਨੂੰ ਨਾ ਦੇ ਤਾਂ ਕੋਈ ਤੀ ਹੁੰਦੀ ਕੋਈ ਨਾ ਮੈਂ ਵਿਆਹ ਕੇ ਤੋਰ ਦਿੰਦੀ ਪਹਿਲਾਂ ਵੀ ਤਾਂ ਇੱਕ ਵਿਆਹ ਕੇ ਤੋਰੀ ਆ ਕੋਈ ਤੂੰ ਐਂ ਕਰ ਭੈਣੇ ਇਹਦੇ ਨੱਥ ਪਾ ਦੇ ਨੱਥ ਹਾਂ ਇਹਦਾ ਵਿਆਹ ਕਰ ਦੇ ਇਹਦਾ ਵਿਆਹ ਇਹਦਾ ਪਰ ਇਹਨੂੰ ਨਸ਼ਈ ਨੂੰ ਕਿਹਨੇ ਕੁੜੀ ਦੇਣੀ ਆ ਮੇਰੀ ਗੱਲ ਸੁਣ ਮੇਰੀ ਨਿਗਾਹ 'ਚ ਇੱਕ ਵਿਚੋਲਾ ਹੈ ਲੈਂਦਾ ਤਾਂ ਪਰ ਉਹ ਪੈਸੇ ਹੈ ਅਤੇ ਪਰ ਵਿਆਹ ਹੋ ਜੂ ਇਹਦਾ ਮੁੰਡੇ ਦਾ ਇਹ ਸੁਧਰ ਜੂਗਾ ਕਰ ਦੂਗਾ ਉਹ ਰਿਸ਼ਤਾ ਇਹਨੂੰ ਹਾਂ ਆਪਾਂ ਜੇ ਤੂੰ ਕਹੇਂਗੀ ਤਾਂ ਆਪਾਂ ਗੱਲ ਕਰ ਲਾਂਗੇ ਤੇਰੇ ਵਰਗਾ ਤਾਂ ਕੋਈ ਨਹੀਂ ਜੇ ਤੂੰ ਮੇਰੇ ਘਰ ਦਾ ਬੇੜਾ ਬਾਹਰ ਲਾ ਦਵੇਂ ਬਸ
ਇਹੀ ਆ ਵੇਖ ਕਿਸੇ ਨਾ ਕਿਸੇ ਤਰ੍ਹਾਂ ਸੁਧਰ ਜਵੇ। ਕੋਈ ਨਾ ਤੂੰ ਹੌਸਲਾ ਨਾ ਸੁੱਟ, ਆਪਾਂ ਵਿਆਹ ਕਰਦੇ ਆ ਤਾਂ ਠੀਕ ਹੈ। ਤੂੰ ਵਿਚੋਲੇ ਨੂੰ ਨਾ ਸਾਡੇ ਘਰੇ ਭੇਜ ਦੇ। ਹਾਂ ਕੋਈ ਗੱਲ ਨਹੀਂ, ਚੱਲ ਮੈਂ ਤੈਨੂੰ ਖੰਡ ਦੇ ਦਾ। ਮਾੜੀ ਮੋਟੀ ਅਕਲ ਕਰ, ਦੇਖਾ ਘਰ ਬਾਰ ਐਡਾ ਕਿਹਦੇ ਵਾਸਤੇ ਆ, ਤੇਰੇ ਵਾਸਤੇ ਆ ਪੁੱਤ, ਆ ਨਸ਼ੇ ਛੱਡ ਦੇ। ਮਾਂ ਤੇਰੇ ਕੋਲ ਕੋਈ ਹੋਰ ਕੰਮ ਹੈਗਾ? ਜਦੋਂ ਦੇਖੋ ਸਰਾਣੇ ਆ ਕੇ ਬਹਿ ਜਾਂਦੀਆਂ, ਉਹੀ ਬੋਲੀ ਜਾਂਦੀਆਂ, ਉਹੀ ਬੋਲੀ ਜਾਂਦੀਆਂ, ਫਾਇਦਾ ਕੀ ਦਾ? ਮੈਨੂੰ ਤੇਰਾ ਦਿਨ ਰਾਤ ਫਿਕਰ ਰਹਿੰਦਾ ਪੁੱਤ ਓਏ। ਉਹ ਤੂੰ ਫਿਕਰ ਫੁਕਰ ਨਾ ਕਰਿਆ ਕਰ, ਜੇ ਤੇਰੇ ਕੋਲੇ ਪੈਸੇ ਹੈਗੇ ਨੇ ਪੈਸੇ ਦੇ, ਮੈਂ ਤੇਰਾ ਫੋਨ ਛੜਾ ਕੇ ਲਿਆਵਾਂ। ਉਹ ਰੱਖਿਆ ਹੋਇਆ ਕਿਸੇ ਕੋਲੇ? ਉਹ ਹੈਗਾ ਭਾਈ। ਹਾਂਜੀ ਕੌਣ ਆ ਗਿਆ? ਹਰੀਸ਼ ਕਹਿੰਦੇ ਭੇਜੇ ਸੀ ਮਾਈ ਰਿਸ਼ਤੇ ਬਾਰੇ। ਉਹ ਕੌਣ ਆ? ਇੱਥੇ ਨਹੀਂ ਕੋਈ ਰਿਸ਼ਤੇ ਰੁਸ਼ਤੇ ਵਾਲਾ, ਵਗ ਜਾ ਬੰਦਾ ਵਾਂਗੂ ਬੋਲਿਆ ਕਰ ਓਏ। ਉਹੀ ਚੱਕ ਕੇ ਮੂੰਹ ਆ। ਇੱਕ ਮਿੰਟ ਵੀਰੇ ਬਹਿ ਜਾ। ਹਾਂ ਮਾਈ ਬੋਲ। ਇਹ ਮੇਰੇ ਮੁੰਡੇ ਵਾਸਤੇ ਰਿਸ਼ਤਾ ਕਰਨਾ? ਓ ਮਾਂ ਮੈਂ ਮੂੰਹ ਨਹੀਂ ਕਰਾਉਣਾ ਰਿਸ਼ਤਾ, ਉਹੀ ਹਰੇਕ ਨੂੰ ਬੁਲਾ ਲੈਣੀ ਆ ਘਰੇ, ਮੂੰਹ ਦੇਖਿਆ ਉਹੀ ਚੱਕ ਕੇ ਸੱਦ ਲੈਣਾ, ਮੈਂ ਮੂੰਹ ਨਹੀਂ ਕਰਾਉਂਦਾ ਪਿਆ। ਪੁੱਤ ਤੂੰ ਇਹਦੀ ਗੱਲ ਦਾ ਗੁੱਸਾ ਨਾ ਕਰੀ, ਇਹਨੂੰ ਪਾਲਦੀ ਆ ਰਿਸ਼ਤਾ ਮਾਈ ਤੂੰ, ਕੀ ਦੱਸਾਂ ਬੋਲਣ ਦੀ ਅਕਲ ਨਹੀਂ ਇਹਨੂੰ, ਇਹ ਨਸ਼ੇ ਕਰਦਾ ਬਹੁਤ, ਤਾਂ ਹੀ ਤਾਂ ਮੈਂ ਰਿਸ਼ਤਾ ਕਰਨ ਲੱਗੀ, ਕਿਵੇਂ ਕੀ ਪਤਾ ਇਹ ਸੁਧਰੇ ਜਾਵੇ, ਤੇ ਇਹਦੇ ਨਾਲ ਨਾਲ ਮੇਰੀ ਵੀ ਜੂਨ ਸੁਧਰ ਜਾਵੇ। ਇਹਦਾ ਪਿਓ ਦਾਰੂ ਨੇ ਲੈ ਲਿਆ, ਤੇ ਮੈਨੂੰ ਲੱਗਦਾ ਇਹਨੂੰ ਚਿੱਟੇ ਨੇ ਲੈ ਲੈਣਾ। ਪੁੱਤ ਇਹਦਾ ਰਿਸ਼ਤਾ ਕਰਾ ਦੇ ਕਿਤੇ, ਇਹ ਸੁਧਰ ਜਾਊਗਾ। ਮਾਈ ਤੂੰ ਟੈਨਸ਼ਨ ਨਾ ਲੈ, ਜਿਵੇਂ ਇਹ ਬੋਲਦਾ ਸੀ ਨਾ ਇਹਨੂੰ ਤਾਂ ਕੋਈ ਕਣੀ ਉਹ ਨਹੀਂ ਦਿੰਦਾ, ਪਰ ਤੇਰੇ ਮੂੰਹ ਨੂੰ ਮੈਂ ਰਿਸ਼ਤਾ ਕਰਾ ਦੂੰ, ਪਰ ਰੁਪਈਏ ਲੱਗਣਗੇ ਮੋਟੇ। ਅੱਛਾ ਕਿੰਨੇ ਪੈਸੇ ਲਿਆਉਂਗਾ? ਰਿਸ਼ਤੇ ਦਾ ਮੈਂ ਲਊਂ 50,000 ਰੁਪਈਆ, ਸਮਝ ਗਈ? ਕੁੜੀ ਤੈਨੂੰ ਜਮੈਣ ਕੰਚ ਵਰਗੀ ਦਵਾ ਦਾਂਗੇ, ਫਿਰ ਇਹ ਵੀ ਸੁਧਰ ਜੂ। ਬੋਲ। ਹਾਂ ਪੁੱਤ ਪੈਸੇ ਮੈਂ ਤੈਨੂੰ ਦੇ ਦੂੰਗੀ, ਬਸ ਤੂੰ ਰਿਸ਼ਤਾ ਕਰਵਾ ਦੇ, ਕੁੜੀ ਸਿਆਣੀ ਹੋਵੇ। ਮੈਂ ਕਿਹਾ ਕੁੜੀ ਦੀ ਮੇਰੀ ਜ਼ਿੰਮੇਵਾਰੀ ਆ, ਮੈਂ ਕਿਹੜਾ ਨਾਲ ਇੱਕ ਰਿਸ਼ਤਾ ਕਰਾਇਆ, ਸੁੱਖ ਨਾਲ 150 ਰਿਸ਼ਤੇ ਕਰਾਤੇ। ਆਹ ਤੁਹਾਡੇ ਗਵਾਂਢ 'ਚ ਦੇਖ ਲੈ, ਹਰੀਸ਼ ਕੇ ਜਿਹੜੀ ਮਨਪ੍ਰੀਤ ਆ ਧਨੌਲੇ ਵਾਲੀ, ਉਹ ਵੀ ਰਿਸ਼ਤਾ ਮੈਂ ਹੀ ਕਰਾਇਆ। ਅੱਛਾ ਐਵੇਂ ਤਾਂ ਨਹੀਂ ਮੈਨੂੰ ਭੀਰਾ ਰਿਸ਼ਤੇ ਵਾਲਾ ਕਹਿੰਦੇ, ਮੈਂ ਮੈਨੂੰ ਮਾੜਾ ਜਿਹਾ ਨੋਟ ਕਰਵਾ, ਆਪਣਾ ਭਲਾ ਜ਼ਮੀਨ ਕਿੰਨੀ ਕਹਿ ਮਤਾ? ਜ਼ਮੀਨ ਤਾਂ ਪੁੱਤਰ 12 ਕਿੱਲੇ ਨੇ। 12 ਕਿੱਲੇ? ਕੀ ਨਾਮ ਆ ਕੀ ਆ ਕਾਕਾ ਜੀ ਦਾ? ਦੀਪ। ਆਪਣਾ ਸੱਚ ਗੋਤ ਕੀ ਹੈ? ਗੋਤ ਸਾਡਾ ਧਾਲੀਵਾਲ। ਧਾਲੀਵਾਲ? ਹੋਰ ਮਤਾ ਕੋਈ ਵਹਿਮ ਵਹੁਮ ਤਾਂ ਨਹੀਂ ਵੀ ਕਿਤੇ ਤੇਰੀ ਗੋਤਣ ਹੋਵੇ? ਨਹੀਂ ਨਹੀਂ ਕੋਈ ਵਹਿਮ ਨਹੀਂ ਪੁੱਤ। ਮਤਾ ਕੱਲ ਹੋਰ ਦੱਸ, ਤੇਰਾ ਮੁੰਡਾ ਮੰਨ ਜੂਗਾ? ਮੈਨੂੰ ਤਾਂ ਨਹੀਂ ਲੱਗਿਆ, ਬਾਹਲੀ ਅੜਬਜਾ ਲੱਗਿਆ। ਪੁੱਤ ਪਤਾ ਨਹੀਂ, ਰਿਸ਼ਤੇ ਨੂੰ ਤਾਂ ਮੈਂ ਕਹਿ ਦਿੱਤਾ, ਇਹ ਮੰਨੂਗਾ ਕਿਵੇਂ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ, ਤੂੰ ਮਨਾ ਕੇ ਦੇਖ ਲਾ ਪੁੱਤ। ਜੇ ਮੈਂ ਤਾਂ ਅਸੀਂ ਇਹਨਾਂ ਨੂੰ ਮਨਾਉਣ 'ਤੇ ਰਹਿ ਗਏ ਫਿਰ ਤਾਂ ਸਾਡਾ ਸਾਰਾ ਕੰਮ ਹੀ ਇੱਧਰ ਲੰਘ ਜੂ। ਹਾਂ ਪਰ ਤੇਰੀ ਗੱਲ ਸੁਣ ਕੇ ਨਾ ਮੈਂ ਇੱਕ ਕੰਮ ਕਰ ਸਕਦਾ, ਜੇ ਤੂੰ ਮੈਨੂੰ 10,000 ਰੁਪਇਆ ਹੋਰ ਦੇ ਦੇ ਤੇਰਾ ਇਹ ਵੀ ਕੰਮ ਹੈ, ਆਪੇ ਹੀ ਮਨਾ ਲੂੰ ਇਹਨੂੰ। ਬੋਲ ਮਾਈ। ਠੀਕ ਆ ਪੁੱਤ, ਤੇਰਾ 60,000 ਬਣਿਆ, ਮੈਂ ਤੈਨੂੰ 70,000 ਦੇ ਦੂੰ, ਬਸ ਮੇਰੇ ਪੁੱਤ ਨੂੰ ਮਨਾ ਲਾ ਵਿਆਹ ਲਈ, ਅਤੇ ਇਹਦਾ ਰਿਸ਼ਤਾ ਕਰ ਦੇ ਵਧੀਆ ਘਰ, ਮੈਨੂੰ ਲੈਣ ਦੇਣ ਦੀ ਕੋਈ ਭੁੱਖ ਨਹੀਂ ਪੁੱਤ, ਕੁੜੀ ਅਸੀਂ ਕਿੰਨਾ ਕੱਪੜਿਆਂ 'ਚ ਲੈ ਆਵਾਂਗੇ। ਹਾਂ ਕਿਤੇ ਕੱਲ੍ਹ ਨੂੰ ਉੱਥੇ ਜਾ ਕੇ ਨੜ ਕੇ ਖੜ ਜਾਓ ਨਾ, ਮੈਨੂੰ ਪਤਾ ਵਿੱਚੋਂ ਜਾ ਕੇ ਤੇਰੇ ਵਰਗੀਆਂ ਬੁੜੀਆਂ ਫਿਰ ਮੌਕੇ 'ਤੇ ਕਹਿਣ ਲੱਗੇ ਸਾਨੂੰ ਕਾਰ ਦੇ, ਸਾਨੂੰ ਇਹ ਦੇ, ਆਪਦਾ ਪੁੱਤ ਦੇਖ ਲਓ, ਹੁਣ ਰਿਸ਼ਤਾ ਕਰਾ ਦੂੰ ਬਸ ਮੈਂ। ਕਾਰਾਂ ਦੀ ਸਾਨੂੰ ਕੋਈ ਲੋੜ ਨਹੀਂ, ਕਾਰਾਂ ਤਾਂ ਮੇਰੇ ਘਰੇ 2 ਖੜੀਆਂ ਨੇ, ਬਸ ਇਹਨੂੰ ਰਿਸ਼ਤਾ ਕਰਵਾ ਦੇ ਅਤੇ ਇਹਨੂੰ ਮਨਾ ਲੈ। ਬਸ ਠੀਕ ਹੈ ਮਾੜਾ ਜਿਹਾ, ਜਦੋਂ ਅਗਲਾ ਆਉਂਦਾ ਨਾ ਇਹਨੂੰ ਕਹਿ ਦਿਓ ਬੋਲਣ ਦੀ ਅਕਲ ਸਿਖਾ ਦਿਓ ਮਾੜਾ ਜਿਹਾ ਨੂੰ। ਠੀਕ ਹੈ ਪੁੱਤ ਮੈਂ ਉਹਨੂੰ ਸਮਝਾ ਦੂੰਗੀ, ਤੂੰ ਬਸ ਕੁੜੀ ਵਾਲਿਆਂ ਨਾਲ ਗੱਲ ਕਰ ਲੈ। ਬਸ ਬੇਬੇ ਤੂੰ ਪੈਸਿਆਂ ਦਾ ਇੰਤਜ਼ਾਮ ਰੱਖੀ, ਤੇਰਾ ਕੰਮ ਤਾਂ ਹੋਇਆ ਲੈ, ਮੈਂ ਕਰਦਾ ਗੱਲ ਇੰਤਜ਼ਾਮ ਹੀ ਆ ਪੁੱਤ, ਉਹ ਠੇਕੇ ਵਾਲੇ ਆ ਜਾਣੇ ਆ, ਮੈਂ ਉਹਨਾਂ 'ਚੋਂ ਤੈਨੂੰ ਪੈਸੇ ਦੇ ਦੂੰਗੀ, ਬਸ ਇਹ ਤੂੰ ਕੰਮ ਕਰ ਦੇ ਮੇਰਾ। 60,000 ਰੁਪਇਆ ਠੀਕ ਹੈ? 70 ਪੁੱਤ ਦੇਊਂਗੀ ਤੈਨੂੰ। ਬਸ ਠੀਕ ਹੈ, ਕੱਲ ਨੂੰ ਹੀ ਲੈ, ਮੈਂ ਕਰਦਾ ਗੱਲ। ਚਾਹ ਨਹੀਂ ਪੀਣੀ ਪੁੱਤ? ਨਾ ਨਾ ਬਸ ਬੇਬੇ ਮੈਂ ਕਿਤੇ ਹੋਰ ਵੀ ਜਾਣਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆ ਤਾਂ ਬਾਲਾ ਵਧੀਆ ਹੋ ਜੂ ਜੇ ਦੀਪ ਦਾ ਰਿਸ਼ਤਾ ਹੋ ਜਾਵੇ, ਕੀ ਪਤਾ ਇਹ ਚਿੱਟਾ ਪੀਣਾ ਛੱਡ ਹੀ ਦੇਵੇ, ਬਗਾਨੀ ਧੀ ਆ ਕੇ ਇਹਦੇ ਸਾਰੇ ਨਸ਼ੇ ਛਡਾ ਦੇਵੇ। ਹੇ ਵਾਹਿਗੁਰੂ ਮਿਹਰ ਕਰੀ ਸਾਰੇ ਪਰਿਵਾਰ 'ਤੇ, ਮੇਰਾ ਪੁੱਤ ਨਸ਼ੇ ਛੱਡ ਦੇਵੇ। ਮਾਤਾ ਜੀ ਵੀ ਹੋਰ ਹੋਰ ਵੀ ਮੁੰਡਿਆ। ਉਹ ਤੂੰ ਫੇਰ ਆ ਗਿਆ ਓਏ, ਤੈਨੂੰ ਕੱਲ੍ਹ ਤਾਂ ਤੈਨੂੰ ਮੈਂ ਸੁਣਾਈਆਂ ਸੀ ਖਰੀਆਂ ਖਰੀਆਂ, ਅੱਜ ਫੇਰ ਆ ਗਿਆ ਤੂੰ। ਤੂੰ ਠੰਡਾ ਰਿਹਾ ਕਰ, ਜੋ ਮੈਂ ਤੈਨੂੰ ਕਹਿ ਤਾ ਬਾਬੇ ਮੈਂ ਮੂਣੀ ਵਿਆਹ ਕਰਾਉਂਦਾ, ਮੈਂ ਤਾਂ ਆਪਦੀ ਐਸ਼ ਲੈਣੀ ਆ ਜ਼ਿੰਦਗੀ ਦੀ। ਹਾਂ ਉਹ
ਮੈਂ ਵੀ ਤੈਨੂੰ ਕਮੜੇ ਆਇਆ ਸੀ ਦਵਾਉਣਾ ਹੋਰ ਇੱਕ ਤਾਂ ਯਾਰ ਤੁਹਾਨੂੰ ਸਮਝਾਉਣਾ ਬਹੁਤ ਔਖਾ ਤੂੰ ਦਵਾਏਂਗਾ ਇਸ ਭਾਈ ਦੀ ਮੈਨੂੰ ਤੂੰ ਕਾਹਦੇ ਨਾਲ ਐਸਾ ਦਵਾ ਦੇਗਾ ਮੈਨੂੰ ਕਰੀ ਪਹਿਲਾਂ ਮੈਨੂੰ ਆਇਆ ਦੱਸ ਖੁੱਲ ਕੇ ਦੱਸ ਭਾਈ ਐ ਨਹੀਂ ਮੈਂ ਕੁਛ ਨਹੀਂ ਬਸ ਮੈਂ ਵਿਆਹ ਹੀ ਨਹੀਂ ਕਰਾਉਣਾ ਜੇ ਤੈਨੂੰ ਕਹਿਤਾ ਕੋਈ ਐ ਫਿਰ ਐ ਸੀ ਆ ਬਸ ਮੈਂ ਵਿਆਹ ਨਹੀਂ ਕਰਾਉਣਾ ਮੇਰੀ ਮਾਂ ਨੂੰ ਤਾਂ ਅਕਲ ਨਹੀਂ ਹੈਗੀ ਤਾਂ ਉਹੀ ਹਰੇਕ ਨੂੰ ਬੁਲਾ ਲੈਂਦੀ ਆ ਘਰੇ ਉਹ ਕਾਂਲਿਆ ਤਾਂ ਲੋਕ ਤਾਂ ਤੇਰੀਆਂ ਸੌ ਸੌ ਗੱਲਾਂ ਬਣੀਆਂ ਨਾਲੇ ਵਿਆਹ ਆਪਦਾ ਨਜ਼ਾਰੇ ਨਹੀਂ ਮੈਂ ਤਾਂ ਤੈਨੂੰ ਕੁੜੀ ਇਹੀ ਜਿਹੀ ਗਊ ਲਿਆ ਕੇ ਦਊ ਮੌਜ ਲਾਉਂਦੇ ਨੂੰ ਰੋਟੀ ਪਾਣੀ ਸਾਰਾ ਕੁਛ ਤੱਤਾ ਮਿਲਿਆ ਕਰੂ ਉਹ ਤਾਂ ਫਿਰ ਮੇਰੀ ਮਾਂ ਵੀ ਦਿੰਦੀ ਆ ਉਹ ਫਿਰ ਹੋਰ ਕਹੀ ਜੀ ਐਸ ਤੇਰੀ ਕਾਹਦੀ ਘਾਟਾ ਮੈਨੂੰ ਐ ਦੱਸ ਉਹ ਨਹੀਂ ਤੈਨੂੰ ਮੈਂ ਨਹੀਂ ਦੱਸਦਾ ਬਸ ਤੈਨੂੰ ਮੈਂ ਕਹਿਤਾ ਬਸ ਮੈਂ ਨਹੀਂ ਵਿਆਹ ਕਰਾਉਣਾ ਯਾਰ ਇੱਧਰ ਚੱਕ ਮੇਰੇ ਕੇ ਦੱਸ ਇੱਧਰ ਦੇਖਤਾ ਸਹੀ ਜੀ ਦੱਸ ਸਮਾਨ ਸਮੂਨ ਉਹਨਾਂ ਤੈਨੂੰ ਕਿਹਨੇ ਕਹਿਤਾ ਉਹ ਸਮਾਨ ਲਾਉਣਾ ਆਹ ਮਾਂ ਦੇਖ ਲਾ ਮੇਰੇ ਤੇ ਦੂਸਣ ਲਾਈ ਜਾਂਦਾ ਉਹ ਤੂੰ ਕਾਹਨੂੰ ਪਾਗਲਪਣਾ ਕਰੀ ਜਾਂਦਾ ਮੈਂ ਤੇਰੇ ਫਾਇਦੇ ਦੀ ਗੱਲ ਕਰੂੰ ਮੈਨੂੰ ਦੱਸਤਾ ਦੇ ਉਹ ਯਾਰ ਕਦੇ ਕਦੇ ਲਾ ਲੈਣਾ ਮੈਂ ਯਾਰਾਂ ਦੋਸਤਾਂ 'ਚ ਤੂੰ ਤਾਂ ਮੈਨੂੰ ਬਦਨਾਮ ਹੀ ਕਰੀ ਜਾਂਦਾ ਤੂੰ ਪਹਿਲਾਂ ਤਾਂ ਮੈਨੂੰ ਭਾਈਆਂ ਵਾਂਗੂ ਹੌਲੀ ਗੱਲ ਦੱਸ ਕਿਉਂ ਖੌਰੂ ਕਿਉਂ ਪਾਈ ਜਾਂਦਾ ਨਾਲੇ ਮੇਰੀ ਦਾੜੀ ਪਟਾਏਗਾ ਆਪਣੀ ਮਾਂ ਤੋਂ ਫਿਰ ਮੈਂ ਕਦੇ ਕਦੇ ਲਾ ਲੈਣਾ ਕਹਿ ਤਾਂ ਦਿੱਤਾ ਫਿਰ ਜੇ ਤੈਨੂੰ ਮੈਂ ਕੁੜੀ ਉਹੀ ਜਿਹੀ ਲੱਭਣਾ ਜਿਹੜੀ ਤੈਨੂੰ ਰੋਕੇ ਨਾ ਲੈ ਉਹ ਕਿਵੇਂ ਨਹੀਂ ਰੋਕੂ ਉਹ ਤਾਂ ਮੇਰੇ ਸਿਰ 'ਚ ਗਲੀਆਂ ਕਰ ਦੂ ਵਿਆਹ ਤੋਂ ਬਾਅਦ ਸਮਾਨ ਨੂੰ ਹੁਣ ਮੈਨੂੰ ਦੱਸਿਆ ਤੇਰੀ ਮਾਂ ਨੇ ਕੀ ਕੁਛ ਕਰਦਾ ਘਰੇ ਦੀਵਾਲੀ ਤਾਂ ਤੇਰੇ ਕੋਲ ਹੈ ਨਹੀਂ ਸਮਾਨ ਕਾਹਦੇ ਨਾਲ ਲਾਈ ਜਾਂਦਾ ਤੂੰ ਕਰ ਲੈਣਾ ਆਪੀ ਪੈਸੇ ਬਸ ਜੇ ਤੈਨੂੰ ਪੈਸੇ ਦਾ ਗੱਫਾ ਦਵਾ ਤਾਂ ਗੱਲੇ ਦੀ ਚਾਬੀ ਦਵਾ ਤਾਂ ਫੇਰ ਮੰਨੇ ਗੱਲੇ ਦੀ ਚਾਬੀ ਕੀ ਕਹੀ ਜਾਣਾ ਐਵੇਂ ਤਾਂ ਨਹੀਂ ਵੀਰਾ ਰਿਸ਼ਤੇ ਵਾਲਾ ਕਹਿੰਦੇ ਮੈਨੂੰ ਤੂੰ ਹਾਂ ਕਰ ਫੇਰ ਦੇਖੀ ਵੀਰੇ ਦਾ ਕਮਾਲ ਆ ਪਹਿਲਾਂ ਦੱਸ ਮੈਨੂੰ ਉਹ ਕਮਲਿਆ ਹਾਂ ਤੇਰੀ ਮਾਂ ਨੂੰ ਤਾਂ ਐਂ ਆ ਵੀ ਮੇਰੇ ਮੁੰਡੇ ਦਾ ਕਿਹੜੇ ਵੇਲੇ ਵਿਆਹ ਹੋ ਜੇ ਸੁੱਖ ਨਾਲ ਇਕੱਠ ਵੀ ਹੋ ਘਰ ਵਾਲੀ ਦੀ ਸਲਾਮੀ ਤੇਰੇ ਕੋਲੇ ਤੇਰੀ ਸਲਾਮੀ ਤੇਰੇ ਕੋਲੇ ਦੋ ਦੋ ਲੱਖ ਤਾਂ ਤੁਹਾਨੂੰ ਸਲਾਮੀ ਪੈ ਜੂ ਜਿਸ ਹਿਸਾਬ ਨਾਲ ਤੁਹਾਡਾ ਇਕੱਠ ਹੋਣਾ 4 ਲੱਖ ਰੁਪਏ ਤਾਂ ਉਹ ਬਾਕੀ ਜਿਹੜਾ ਤੈਨੂੰ ਤੇਰੇ ਸਹੁਰਿਆਂ ਤੋਂ ਦਵਾਉ ਉਹ ਤੇਰੇ ਕੋਲ ਹੀ ਆਉਣਾ ਨਾਲੇ ਉਹਦਾ ਕਿਹੜਾ ਕਿਸੇ ਨੇ ਹਿਸਾਬ ਮੰਗਣਾ ਸ਼ਨਾੜਾ ਹੀ ਆਪਦਾ ਨਜ਼ਾਰੇ ਲਈ ਮੈਨੂੰ ਕੌਣ ਦਿਓ ਤਾਂ ਮੇਰੀ ਮਾਂ ਖੋਲੂ ਮੈਥੋਂ ਸਲਾਮੀ ਤੇ ਥੋੜ੍ਹੀ ਖੋਲੂ ਨਾਲੇ ਮਾਂ ਤੋਂ ਤਾਂ ਤੂੰ ਹੁਣ ਖੋ ਕੇ ਮੇਰੇ ਪਿੰਡ 'ਚੋਂ ਫਿਰ ਸੁਣਦਾ ਮੈਨੂੰ ਸਾਰਾ ਕੁਛ ਦੱਸਿਆ ਉਹਨੇ ਦੇਖ ਲੈ ਗੱਲ ਤੇਰੇ ਮਤਲਬ ਦੀ ਹੈ ਮੈਂ ਇੱਕ ਵਾਰੀ ਹੁਣ ਮੁੜ ਕੇ ਮੈਂ ਕਹਿੰਦਾ ਨੀ ਮੇਰੇ ਕੋਲ ਹੋਰ ਰਿਸ਼ਤੇ ਬਥੇਰੇ ਨੇ ਕੁੜੀ ਇਹੀ ਜਿਹੀ ਗਊ ਮਿਲਣੀ ਨਹੀਂ ਨਹੀਂ ਮੈਂ ਕਿਸੇ ਦੇ ਭਾਈ ਹੋਰ ਰਿਸ਼ਤਾ ਕਰਾ ਦੂੰ ਮੈਨੂੰ ਹੁਣ ਦੱਸ ਨਹੀਂ ਤੇਰੀ ਮਾਂ ਨੂੰ ਕਹਿ ਕੇ ਮੈਂ ਭਾਈ ਉਹਨੂੰ ਹੱਥ ਜੋੜ ਕੇ ਵਗ ਜਾਣਾ ਫਿਰ ਪੈਸੇ ਆ ਜਾਣਗੇ ਮੇਰੇ ਕੋਲ ਉਹ ਯਾਰ ਹੋਰ ਮੈਂ ਉੜਦੂ ਭੁੱਲੀ ਜਾਣਾ ਤੈਨੂੰ ਇੱਕ ਤਾਂ ਤੁਹਾਨੂੰ ਯਾਰ ਦਿਮਾਗ 'ਚ ਨਹੀਂ ਗੱਲ ਪੈਂਦੀ ਤੁਹਾਨੂੰ ਫਿਰ ਉਹ ਸਮਾਨ ਲਾਉਣ ਤੋਂ ਤਾਂ ਨਹੀਂ ਰੋਕਦੀ ਮੈਨੂੰ ਮੈਂ ਬੈਠਾ ਫਿਰ ਮੈਂ ਕਰਾ ਲੂੰਗਾ ਜੇ ਕੋਈ ਇਹੀ ਜਿਹੀ ਗੱਲ ਹੋਈ ਮੈਂ ਬੈਠਾ ਫਿਰ ਮੈਂ ਕਰਾ ਲੂੰਗਾ ਮੈਂ ਬਸ ਸਮਾਨ ਬੇਇੱਜ਼ਤੀ ਨਾ ਕਰਾ ਦੀ ਕਹਿ ਦਾ ਤੇਰੀ ਮਾਂ ਨੂੰ ਕਹਿ ਦੇ ਮਾਈ ਸੁਣਦੀ ਐ ਠੀਕ ਆ ਮੰਮੀ ਜਿਵੇਂ ਤੁਸੀਂ ਕਹਿੰਦੇ ਉਵੇਂ ਕਰ ਲਾਂਗੇ ਹਾਏ ਮੇਰਾ ਲਾਡਾ ਤੂੰ ਵਿਆਹ ਕਰਵਾਏਂਗਾ ਨਾ ਹਾਂ ਹਾਂ ਕਰਵਾ ਲੂੰਗਾ ਰਾਜੀ ਰਹਿ ਪੁੱਤ ਤੇਰੀ ਖਵਾਜੇ ਜਿੱਡੀ ਰੱਬ ਉਮਰ ਕਰੇ ਕੁੜੀ ਵਾਲੇ ਨਾਲ ਹੁਣ ਜਾ ਕੇ ਗੱਲ ਕਰਦਾ ਤੂੰ ਮੁੱਕਰੀ ਨਾ ਨਾ ਕੋਈ ਨੀ ਬਾਈ ਕਰਾ ਲਾ ਠੀਕ ਹੈ ਤੁਸੀਂ ਆਪਦੀ ਤਿਆਰੀ ਰੱਖੋ ਅਸੀਂ ਵਿਆਹ ਦੀ ਤਿਆਰੀ ਕਰਦੇ ਹਾਂ ਠੀਕ ਹੈ ਫਿਰ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਆ ਜਾ ਬਾਈ ਮੜਾ ਜਾ ਤੂੰ ਮੇਰੇ ਨਾਲ ਆਈ ਬਾਜੀ ਮੈਂ ਤੇਰੇ ਨਾਲ ਗੱਲ ਕਰਦੀ ਚੰਗਾ ਪੁੱਤ ਮੈਂ ਆਈ ਚੰਗਾ ਆ ਮੈਂ ਲੈ ਮਈ ਤੇਰੇ ਮੁੰਡੇ ਤੋਂ ਮੈਂ ਕਰਾ ਲਈ ਹਾਂ ਜਿਹੜਾ 10,000 ਉਤਲਾ ਸੀ ਉਹ ਦੇ ਪਹਿਲਾਂ ਮੈਨੂੰ ਮੇਰਾ 60 ਬਾਅਦ 'ਚ ਜਿੱਦੇ ਵਿਆਹ ਹੋ ਗਿਆ ਠੀਕ ਹੈ ਪੁੱਤ ਹਾਂ ਛੇਤੀ ਕਰ ਮੈਨੂੰ ਤਾਂ ਅਸੀਂ ਕੰਜਰ ਮੰਨਣੇ ਨਹੀਂ ਇਹ ਤਾਂ ਮਿੰਟ ਜੀ ਹਿਸਾਬ 'ਚ ਆ ਗਿਆ ਹੋਰ ਕਿਹਦੇ ਜਾਣਾ ਹੈ ਗੁਰਦੀਪ ਲੈ ਪੁੱਤ ਬਾਕੀ ਤੈਨੂੰ ਵਿਆਹ ਤੋਂ ਬਾਅਦ ਦੇਵਾਂਗੀ ਪੂਰੇ ਨੇ ਪੂਰੇ ਆ ਕੋਈ ਨਾ ਮੈਂ ਹੁਣ ਕੁੜੀ ਵਾਲਿਆਂ ਨਾਲ ਗੱਲ ਕਰਿਆ ਵਾਂ ਤੂੰ ਉਹਨੂੰ ਮਾੜਾ ਜਿਹਾ ਬੜਿਆ ਕੇ ਰੱਖੀ ਠੀਕ ਹੈ ਪੁੱਤ ਵਿਆਹ ਹੋ ਗਿਆ ਆਪੀ ਸੁਧਰ ਜੂ ਜਦੋਂ ਜ਼ਿੰਮੇਵਾਰੀ ਪੈ ਗਈ ਵੱਡੇ ਵੱਡੇ ਸੁਧਰ ਕੇ ਨਾਲੇ ਕਾਹਦਾ ਵਿਚਾਰਾ ਕੁੜੀ ਵਾਲੇ ਮੰਨ ਜਾਣ ਮਹਾ ਮੰਨ ਜਾਣਗੇ ਅੱਛਾ ਉਹ ਪਿੰਡੋਂ ਪਤਾ ਤਾਂ ਨਾ ਕਰਨਗੇ ਸਾਡੇ ਬਾਰੇ ਮਹਾ ਮੈਂ ਹੈਗਾ ਵੀਰੇ ਤੇ ਭਰੋਸਾ ਰੱਖੋ ਤੁਸੀਂ ਮੈਂ ਕਰਵਾਉਂ ਠੀਕ ਐਵੇਂ ਤਾਂ ਨਹੀਂ ਪੈਸੇ ਲੈ ਰਿਹਾ ਕੰਮ ਦੇ ਪੈਸੇ ਲਓ ਠੀਕ ਹੈ ਪੁੱਤ ਟੈਨਸ਼ਨ ਨਾ ਲਓ ਚੰਗਾ ਸਤਿ ਸ੍ਰੀ ਅਕਾਲ ਹੁਣ ਮੇਰੇ ਘਰ ਵੀ ਖੁਸ਼ੀਆਂ ਆਉਣਗੀਆਂ ਮੇਰੇ ਪੁੱਤ ਦਾ ਵਿਆਹ ਹੋਊਗਾ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਵੀ ਆ ਵੀਰੇ ਵਿਚੋਲੇ ਨੇ ਇੰਨੀ ਜਲਦੀ ਦੀਪ ਨੂੰ ਮਨਾ ਕੇ ਮਿਲਿਆ ਅੱਛਾ ਵਾਹਿਗੁਰੂ ਤੂੰ ਹੀ ਸਭ ਸਿੱਧੀਆਂ ਪਾਉਣ ਵਾਲਾ ਆ ਮੇਰਾ ਪੁੱਤ ਮੰਨ ਗਿਆ ਨਾ ਮੇਰੇ ਲਈ ਇਹੀ ਬਹੁਤ ਆ ਸ਼ੁਕਰ ਹੈ ਵਾਹਿਗੁਰੂ ਤੇਰਾ ਉਹ ਹੋਰ ਤਾਂ ਕਿਵੇਂ ਆ ਵਧੀਆ ਪੁੱਤ ਸਭ ਕੁਛ ਫਸਲ ਬਾੜੀ ਕਿਵੇਂ ਆ ਜਮਾ ਵਧੀਆ ਤੂੰ ਸੁਣਾ ਕਿਵੇਂ ਅੱਜ ਗੇੜਾ ਮਾਰਨਾ ਹੋਇਆ ਬਸ ਉਹੀ ਲੰਘਦੇ ਟੱਪਦੇ ਆ ਗਏ ਮੈਂ ਚੱਲ ਤਾਏ ਕੋਲੇ ਚਾਹ ਪੀ ਆਈਏ ਐਤਕੀ ਤਾਂ ਗਰਮੈਸ਼ ਪਹਿਲੀ ਬਹੁਤ ਕਰ ਲਈ ਆਪਣੇ ਹਨਾ
ਬਸ ਆ ਮੀਂਹ ਮੂੰਹ ਪਾਊਗਾ ਫਿਰ ਮਾੜਾ ਮੋਟਾ ਸੈੱਟ ਕਰੂਗਾ। ਹੋਰ ਹੋਰ ਸੁਣਾ ਕੋਈ ਗੱਲਬਾਤ। ਤੂੰ ਸੁਣਾ ਤੇਰਾ ਕੰਮ ਕਿਵੇਂ ਚੱਲਦਾ? ਕੰਮ ਆਪਣਾ ਕਿਹੜਾ ਤਾਂ ਆ, ਆਪਾਂ ਤਾਂ ਬਸ ਕਿਸੇ ਦਾ ਰਿਸ਼ਤਾ ਕਰਵਾਤਾ ਕਦੇ ਕਿਹਦਾ ਕਰਵਾਤਾ ਆਹੀ ਕੰਮ ਕਰੀ ਜਾਂਦੇ ਹਾਂ। ਚੱਲ ਵਧੀਆ, ਇਹ ਕਿਹੜਾ ਕੰਮ ਮਾੜਾ ਹੈਗਾ। ਹੋਰ ਨਾਲੇ ਪੁੰਨ ਨਾਲੇ ਫਲੀਆਂ ਜਮਾਂ ਵਧੀਆ। ਸਿਆਣੇ ਕਹਿੰਦੇ ਨੇ ਇਹਦੇ ਵਰਗਾ ਤਾਂ ਪੁੰਨੀ ਕੋਈ ਨਹੀਂ। ਹੋਰ ਤੂੰ ਦੱਸ। ਠੀਕ ਹੈ ਉਹ ਪੁੱਤ ਓਏ, ਪਾਣੀ ਲੈ ਕੇ ਵੀਰੇ ਵਾਸਤੇ ਕੋਈ ਇੱਕ, ਜੇ ਕੋਈ ਗੁੜੀਆ ਹੋਵੇ ਤਾਂ ਕਰੀ ਕੋਈ ਨਿਗਾਹ 'ਚ ਮੁੰਡੇ ਨੂੰ। 13 ਕਿੱਲੇ ਜ਼ਮੀਨ ਹੈਗੀ ਹੈ ਸੁੱਖਣਾ। ਤੇਰੀ ਭੈਣ ਹੀ ਹੈਗੀ ਹੈ, ਪੜ੍ਹੀ ਕੀ ਕੁਛ ਹੈ? ਇਹ ਬੀ ਏ ਕਰੀ ਹੋਈ ਹੈ ਇਹਦੀ, ਆਈਲੈਂਡਸ ਦਾ ਕੋਰਸ ਕਰੀ ਜਾਂਦੀ ਹੈ ਜੀ। ਉਹ ਰਿਸ਼ਤਾ ਵੀ ਬਹੁਤ ਵਧੀਆ, ਆਈਲੈਂਡਸ ਤਾਂ ਨਹੀਂ ਖੈਰ ਉਹਨਾਂ ਨੇ ਰੱਖਣੀ ਤਾਂ ਕੁੜੀ ਘਰੇ ਹੀ ਹੈ, ਐਵੇਂ ਤੈਨੂੰ ਮੈਂ ਝੂਠ ਮਾਰਾਂ। ਮੁੰਡਾ ਵੀ ਸੁੱਖਣਾ ਪੜਿਆ, ਧਾਲੀ ਬਣ ਨਹੀਂ ਹੈਗੀ ਆਪਣੇ ਨਾਲ ਵਾਲੇ ਪਿੰਡ ਅਖੀਵੇ। ਅੱਛਾ ਹਾਂ, ਉਹਨਾਂ ਦਾ ਪਿਓ ਦਾ ਹੋ ਗਿਆ ਸੀ ਮੇਰੇ ਖਿਆਲ 'ਚ 8-9 ਸਾਲ ਮੁੰਡੇ ਦਾ ਗੁਜ਼ਰ ਗਿਆ ਸੀ, ਇਕੱਲੀ ਮਾਂ ਅਤੇ ਪਿਓ ਮੁੰਡੇ ਹੀ ਨੇ। ਕੁੜੀ ਆਪਣੀ ਰਾਜ ਕਰੂ, ਕਰ ਲਈ ਵਿਚਾਰਾ। ਦੇਖ ਵੀਰੇ ਇਹ ਹੈਗੀ ਆ ਮਾਂ ਬਾਰੀ, ਤੈਨੂੰ ਪਤਾ ਬਚਪਨ ਤੋਂ ਇਹ ਮੈਂ ਪਾਲੀ ਹੈ, ਕਿਵੇਂ ਪਾਲੀ ਹੈ ਤੈਨੂੰ ਸਭ ਕੁਛ ਪਤਾ, ਪੜ੍ਹਾਤੀ ਲਿਖਾਤੀ ਚੰਗੇ ਸੰਸਕਾਰ ਨੇ ਸਾਰਾ ਕੰਮ ਜਾਣਦੇ ਆ ਘਰ ਦਾ। ਇਹ ਬਸ ਮੈਂ ਤਾਂ ਇਹੀ ਚਾਹੁੰਦਾ ਵੀ ਪਰਿਵਾਰ ਚੰਗਾ ਹੋਵੇ, ਮੂਹਰੋਂ ਇਹਨੂੰ ਮਾਂ ਦਾ ਪਿਆਰ ਮਿਲੇ। ਉਹ ਤਾਇਆ ਤੈਨੂੰ ਮੇਰੇ 'ਤੇ ਭਰੋਸਾ ਨਹੀਂ, ਤੇਰੀ ਧੀ ਹੋ ਗਈ ਕਿ ਮੇਰੀ ਧੀ ਹੋ ਗਈ, ਇੱਕੋ ਗੱਲ ਹੀ ਹੈ। ਉਹ ਤਾਂ ਹੀ ਤੈਨੂੰ ਦੱਸ ਰਿਹਾ, ਇਹਦੇ ਵਾਸਤੇ ਦੇਖ ਫਿਰ ਤੂੰ। ਮਹਾਂ ਤੂੰ ਮੇਰੇ 'ਤੇ ਭਰੋਸਾ ਰੱਖ, ਨਾਲੇ ਤਾਂ ਸੁੱਖਣਾ ਮੇਰੀ ਭੈਣ ਹੈ, ਇਹਦੇ ਵਾਸਤੇ ਨਹੀਂ ਰਿਸ਼ਤਾ ਲੱਭੂ, ਹੋਰ ਕਿਹਦੇ ਵਾਸਤੇ ਲੱਭੂ? ਸਤਿ ਸ਼੍ਰੀ ਅਕਾਲ ਵੀਰੇ। ਉਹ ਸਤਿ ਸ਼੍ਰੀ ਅਕਾਲ ਭੈਣੇ, ਹੋਰ ਪੜ੍ਹਾਈ ਵਧੀਆ ਚੱਲੀ ਜਾਂਦੀ ਹੈ? ਹਾਂ ਵੀਰੇ ਵਧੀਆ ਚੱਲੀ ਜਾਂਦੀ ਆ। ਹੋਰ ਪੇਪਰ ਉੱਪਰ ਹੋ ਗਏ? ਹਾਂ ਹਾਂ ਵੀਰੇ ਹੋ ਗਏ। ਚਲੋ ਦੇਖ ਪੁੱਤ, ਇੱਕ ਆ ਗੱਲ ਦਾ ਧਿਆਨ ਰੱਖੀ ਵੀ ਮੁੰਡਾ ਨਸ਼ੇ ਪੱਤੇ ਨਾ ਕਰਦਾ ਹੋਵੇ। ਪੁੱਤ ਆਇਆ ਦੇਖ ਮੇਰੀ ਗੱਲ ਸੁਣ, ਮੈਨੂੰ ਵੀ ਵੀਰਾ ਰਿਸ਼ਤਾ ਵਾਲਾ ਐਵੇਂ ਨਹੀਂ ਕਹਿੰਦੇ, 150 ਰਿਸ਼ਤਾ ਕਰਾਤਾ, ਇਹ ਤਾਂ ਸੁੱਖਣਾ ਨਾਲੇ ਆਪਦੀ ਕੁੜੀ ਆ, ਇਹਦੇ ਥੋੜ੍ਹੀ ਕੋਈ ਓਹਲਾ ਰੱਖਾਂਗੇ, ਸਾਡੇ ਤਾਂ ਵਿਚੋਲਿਆਂ 'ਤੇ ਉਈ ਸ਼ੱਕ ਕਰਦੇ ਨੇ ਲੋਕ। ਪਰ ਮੈਂ ਤੈਨੂੰ ਇੱਕ ਗੱਲ ਫਿਰ ਵੀ, ਮੈਂ ਤਾਂ ਖਰੀ ਗੱਲ ਕਰੂੰਗਾ, ਦੇਖ ਵਿੱਚ ਕਿਸੇ ਦੇ ਬੜੇ ਨਹੀਂ, ਪੁੱਛ ਪੜਤਾਲ ਆਪਾਂ ਪੂਰੀ ਕਰ ਲਈ, ਠੀਕ ਹੈ? ਮੁੰਡਾ ਹੈਗਾ ਅੱਜ ਦੀ ਘੜੀ ਭਾਈ 1 ਰੁਪਈਏ, ਕੱਲ੍ਹ ਨੂੰ ਕਿਸੇ ਦਾ ਕੋਈ ਭਰੋਸਾ ਵੀ ਨਹੀਂ ਹੈਗਾ, ਕਿਉਂਕਿ ਆਪਦੇ ਢਿੱਡੋਂ ਜੰਮੇ ਦਾ ਨਹੀਂ। ਉਹ ਤਾਂ ਹੈ ਤੇਰੀ ਗੱਲ ਹੈ, ਅਤੇ ਨਾਲ ਇੱਕ ਗੱਲ ਤੈਨੂੰ ਹੋਰ ਦੱਸਦਾ, ਕੁੜੀ ਨੂੰ 4 ਕਿੱਲੇ ਜ਼ਮੀਨ ਆਉਂਦੀ ਆ, ਠੀਕ ਹੈ? ਇਹ ਚਾਹੇ ਵਾਲੇ ਨੂੰ ਦੱਸਦੀ ਅੱਜ ਵੀ ਇਹਦੀ ਹੈ, ਕੱਲ੍ਹ ਨੂੰ ਵੀ ਇਹਦੀ ਹੈ, ਠੀਕ ਹੈ? ਤੈਨੂੰ ਪਤਾ ਮੇਰੇ ਅੱਗੇ ਪਿੱਛੇ ਤਾਂ ਕੋਈ ਹੈ ਨਹੀਂ, ਬਾਕੀ ਤੇਰੀ ਮਰਜ਼ੀ ਹੈ, ਜਿਵੇਂ ਤੈਨੂੰ ਠੀਕ ਲੱਗਦਾ। ਮੈਂ ਵੀ ਤਾਂ ਤੇਰੇ ਕੋਲ ਗੱਲ ਤਾਂ ਹੀ ਚਲਾਈ ਹੈ, ਅਸਲ 'ਚ ਤਾਂ ਮੈਂ ਆਇਆ ਤਾਂ ਇਹੀ ਕੰਮ ਸੀ, ਚੰਗਾ ਹੋ ਗਿਆ ਤਾਂ ਗੱਲ ਛੇੜ ਲਈ। ਹਾਂ ਢੂ ਵਾਲੇ ਰਿਸ਼ਤੇਦਾਰ ਨੇ, ਬਾਕੀ ਜ਼ਮੀਨ ਜ਼ਮੂਨ ਦਾ ਲਾਲਚ ਹੈ ਨਹੀਂ ਉਹਨਾਂ ਨੂੰ। ਸੁੱਖਣਾ 13 ਕਿੱਲੇ ਜ਼ਮੀਨ ਹੈ ਝੋਟੇ ਦੇ ਸਿਰ ਵਰਗੀ, 3 ਕਿੱਲੇ ਮੈਨੂੰ ਲੱਗਦਾ ਹੋਰ ਨਾਨਕਿਆਂ ਨੂਣਕਿਆਂ ਗਣੀ ਵੀ ਮੈਂ ਸੁਣਿਆ ਆਉਂਦੀ ਹੈ, 16 ਕਿੱਲੇ ਜ਼ਮੀਨ ਹੈ, 4 ਤੂੰ ਆਪਦੀ ਦੱਸੀ ਜਾਂਦਾ, 4 ਕਿ 3 4 ਕਿੱਲੇ ਨੇ, 4 20 ਕਿੱਲੇ ਹੋ ਗਏ, ਕੁੜੀ ਕਾਹਦੇ ਲੈਣ ਦੀ ਹੈ, ਰਾਜ ਕਰੂਗੀ ਰਾਜ। ਇੱਕ ਗੱਲ ਹੋਰ ਮੇਰੀ ਕੰਨ ਭਾਈ ਸੁਣ ਲਈ, ਦੇਖ ਭਰੋਸਾ ਕਰਨਾ ਨਾ ਕਰਨਾ ਤੇਰੀ ਜ਼ਿੰਮੇਵਾਰੀ ਹੈ, ਸਾਡਾ ਕੰਮ ਹੈ ਵਿਚੋਲਿਆਂ ਨਾਲ ਜੋੜ ਮਿਲਾਉਣਾ ਭਾਈ, ਠੀਕ ਹੈ? ਕੱਲ੍ਹ ਨੂੰ ਤੈਨੂੰ ਆ ਕੇ ਬਥੇਰੇ ਜਾਣੇ ਕੰਨ ਵੀ ਭਰਨਗੇ ਵੀ ਮੁੰਡਾ ਨਸ਼ੇ ਕਰਦਾ, ਮੁੰਡਾ ਇਹ ਕਰਦਾ, ਕਿਉਂਕਿ ਕੋਈ ਨਹੀਂ ਚਾਹੁੰਦਾ ਹੁੰਦਾ ਭਾਈ ਸਹੀ ਥਾਂ ਜੋੜ ਬੈਠੇ, ਤੈਨੂੰ ਪਤਾ ਹੀ ਹੈ ਸ਼ਰੀਕਾਂ ਦਾ, ਕੌਣ ਕਿਸ 'ਤੇ ਰੋਟੀ ਖਾਂਦੇ ਅਤੇ ਕੌਣ ਰਾਜੀ ਹੈ। ਅਗਲਿਆਂ ਨੂੰ ਆਏ ਆ ਵੀ 4 ਕਿੱਲੇ ਜ਼ਮੀਨ ਆਉਂਦੀ ਹੈ, ਆਪਦੇ ਰਿਸ਼ਤੇਦਾਰਾਂ ਨੂੰ ਕਰਾਂਗੇ, ਇਹ ਤੈਂ ਸੋਚਣਾ ਵਿਚਾਰਨਾ। ਚੱਲ ਦੇਖ ਪੁੱਤ, ਮੈਨੂੰ ਤੇਰੇ 'ਤੇ ਯਕੀਨ ਹੈ, ਜਿਵੇਂ ਤੈਨੂੰ ਠੀਕ ਲੱਗਦਾ ਤੂੰ ਉਵੇਂ ਕਰ ਲੈ। ਬਸ ਫਿਰ ਮੈਂ ਉਹਨਾਂ ਨਾਲ ਗੱਲ ਕਰਦਾ, ਉਹ ਤਾਂ ਬੁੜੀ ਵੀ ਭਲੀ ਮਾਨਸ ਦਿੱਖੀ, ਕਹਿੰਦੀ ਭਾਈ ਇਸ ਤਾਂ 3 ਕੱਪੜਿਆਂ 'ਚ ਹੀ ਉਹ ਲਿਆਵਾਂਗੇ। ਬਸ ਮਸਾਂ ਅਸੀਂ ਚਾਹੁੰਦਾ ਵੀ ਇਸ ਨੂੰ ਮਾਂ ਦਾ ਪਿਆਰ ਹੀ ਮਿਲੇ। ਮੈਂ ਕਿਹਾ ਤੂੰ ਬੇਫਿਕਰ ਰਹਿ, ਮੈਂ ਮਾੜੇ ਥਾਵੇਂ ਨਾਲੇ ਰਿਸ਼ਤਾ ਕਰਾ ਕੇ ਮੂੰਹ ਨੀਵਾਂ ਕਰਾਉਣਾ ਤਾਂ ਆ, ਕਈਆਂ ਜੇ ਗੱਲਾਂ ਕਰੀ ਜਾਂਦਾ ਤੂੰ। ਬਸ ਠੀਕ ਹੈ ਫਿਰ, ਤੂੰ ਪੈਸੇ ਦਾ ਤਾਂ ਰੱਤੀ ਲਾਲਚ ਨਹੀਂ, ਕੰਮ ਨੂੰ ਤਾਂ ਨਾਲੇ ਸੁੱਖ ਨਾਲ, ਉਹਦੀ ਮੁੰਡੇ ਦੀ ਮਾਈ ਬਥੇਰੀ ਕੈਂਪ ਪਈ ਹੈ, ਸੁੱਖ ਨਾਲ ਸਾਰਾ ਕੰਮ ਉਹ ਆਪ ਹੀ ਕਰਦੀ ਹੈ, ਕੋਈ ਕੰਮ ਕੁੰਮ ਵਾਲੀ ਵੀ ਨਹੀਂ ਲਵਾਈ ਹੋਈ, ਦੋਨੇ ਜੀ ਨੇ ਆਪਦੀਆਂ ਰੋਟੀਆਂ ਲਾ ਕੇ। ਬਸ ਇਸ ਤੋਂ ਬਾਅਦ ਸੁੱਖ ਨਾਲ ਆਪਣੀ ਉਹ ਕੁੜੀ ਪੜ੍ਹੀ ਹੋਈ ਹੈ, ਉਹਨਾਂ ਨੂੰ ਕਹਿ ਦਾਂਗੇ ਹਾਂ ਨੌਕਰੀ ਨੁਕਰੀ ਲੱਗ ਜੂ। ਚੱਲ ਆ ਵੀ ਠੀਕ ਹੈ, ਹੁਣ ਕੰਮ ਕਾਰ ਸਾਰਾ ਜਾਣਦੀ ਹੈ ਆਪਣੀ ਕੁੜੀ, ਸਿਲਾਈ ਕਢਾਈ ਸਭ ਕੁਛ ਜਾਣਦੀ ਹੈ ਇਹ। ਬਸ ਫਿਰ ਇਹ ਤਾਂ ਹੋਰ ਇੱਦੂ ਚੰਗੀ ਗੱਲ ਕੀ ਹੈ, ਇਹ ਮੈਂ ਕਰਦਾ। ਹੋਰ ਸੁਣਾ ਪਿੰਡ ਦਾ ਕਿਵੇਂ ਆ? ਬਸ ਵਧੀਆ ਪੁੱਤ, ਵਧੀਆ ਜਮਾ। ਚਲੋ ਸ਼ੁਕਰ। ਲੈ ਮਾਈ ਵਧਾਈਆਂ ਤੈਨੂੰ, ਨਾਲੇ ਕਾਕਾ ਤੈਨੂੰ, ਕੁੜੀ ਵਾਲੇ ਮਸੇ ਹੀ ਮਨਾਏ ਆ, ਉਹ ਤਾਂ ਮੰਨਦੇ ਨਹੀਂ ਸੀ, ਤੈਨੂੰ ਪਤਾ ਹੀ ਹੈ।
ਮੈਂ ਦਾਬ ਦੂਬ ਦੇ ਕੇ ਮਨਾਇਆ ਨਾਲੇ ਹੋਰ ਖੁਸ਼ੀ ਦੀ ਗੱਲ ਚਾਰ ਕਿੱਲੇ ਪੈਲੀ ਵੀ ਆਉਂਦੀ ਹੈ ਕੁੜੀ ਨੂੰ ਫਿਰ ਤਾਂ ਮੇਰਾ ਪੁੱਤ 16 ਕਿੱਲਿਆਂ ਦਾ ਮਾਲਕ ਬਣ ਗਿਆ ਹੋਰ ਤੇ ਹਜ਼ਾਰ ਰਿਸ਼ਤਾ ਟਕਰਾਇਆ ਹੁਣ ਤਾਂ ਜੇ ਤੁਸੀਂ ਕੜਾ ਵੀ ਪਾਓ ਤਾਂ ਵੀ ਘੱਟ ਹੈ ਕਿਉਂ ਮੁੰਡਿਆ ਕੋਈ ਨੀ ਪੁੱਤ ਤੇਰੀ ਸੇਵਾ ਬਾਣੀ ਫੁੱਲ ਕਰਾਂਗੇ ਹੱਕ ਵੀ ਹੈ ਫਿਰ ਹੁਣ ਛੇਤੀ ਕਰ ਲਓ ਬੜਾ ਟਾਈਮ ਹੋਣਾ ਪਾਓ ਉਹ ਤਾਂ ਆਪ ਕਹਿੰਦੇ ਸੀ ਕੁੜੀ ਕੋਈ ਆਹ ਪਤਾ ਨੀ ਕਾਹਦਾ ਆਈਲੈਟਸ ਵਗੈਰਾ ਦਾ ਕੋਰਸ ਕਰਦੀ ਹੈ ਤੁਸੀਂ ਛੇਤੀ ਕੋਈ ਦਿਨ ਜਾ ਕਢਾ ਕੇ ਚੰਗਾ ਜਾ ਆਪਾਂ ਚੁੰਨੀ ਚੜਾਵੇ ਕਰ ਦਿੰਦੇ ਹਾਂ ਫਿਰ ਆਪਾਂ ਬਾਅਦ 'ਚ ਪਾਰਟੀ ਪੂਰਟੀ ਕਰ ਲਾਂਗੇ ਕੋਈ ਠੀਕ ਹੈ ਪੁੱਤ ਫਿਰ ਤਾਂ ਆਪਾਂ ਆਉਂਦੇ ਸੋਮਵਾਰ ਦਾ ਰੱਖ ਲੈਂਦੇ ਹਾਂ ਹਾਂ ਚਲ ਤੂੰ ਮੈਂ ਚੱਲੇ ਆਵਾਂ ਤਾਂ ਬਾਹਰੇ ਜਾ ਕੇ ਆਉਣਾ ਤੁਸੀਂ ਕਰੋਗੇ ਮੇਰੇ ਤਾਂ ਪੁੱਤ ਦੇ ਕਰਮ ਖੁੱਲ ਗਏ ਮੇਰੀ ਗੱਲ ਸੁਣ ਮਾਈ ਹੁਣ ਬਾਹਲਾ ਟਾਈਮ ਨਾ ਪਾਈ ਕੁੜੀ ਵਾਲਿਆਂ ਨੂੰ ਵੀ ਮੈਂ ਗੱਲ ਕਰ ਲਈ ਅਤੇ ਤੈਨੂੰ ਤੇਰੇ ਪੁੱਤ ਦਾ ਪਤਾ ਹੀ ਹੈ ਇਹਦਾ ਕੀ ਪਤਾ ਕਦੋਂ ਲੱਤ ਚੱਕਦੇ ਮਸਾਂ ਇਹ ਮਨਾਇਆ ਛੇਤੀ ਦੇਣੇ ਇਹਦੇ ਹੱਥ ਪੀਲੇ ਕਰਨ ਦੀ ਕਰ ਕੋਈ ਗੱਲ ਨਹੀਂ ਪੁੱਤ ਅਤੇ ਐਂ ਕਰ ਮਤਾ ਤੈਨੂੰ ਪਤਾ ਹੁਣ ਜਾਣਾ ਆਉਣਾ ਪੈਂਦਾ ਖਰਚਾ ਹੋ ਗਿਆ ਜੇ ਤੂੰ ਮੈਨੂੰ 20,000 ਰੁਪਇਆ ਦੇ ਦੇ ਨਾਲੇ ਹੁਣ ਤਾਂ ਸੁੱਖ ਨਾਲ 4 ਕਿੱਲੇ ਹੋਰ ਵੀ ਵਧਾ ਤੇ ਤੇਰੇ ਪੁੱਤ ਦੇ ਪੁੱਤ ਵਧਾ ਤਾਂ ਦਿੱਤੇ ਚਲੋ ਕੋਈ ਐਂ ਮਣ ਜਾਣਾ ਹੌਲਾ ਕਰ ਖੁਸ਼ ਜੇ ਹੋ ਕੇ ਦੇ ਮਨਪ੍ਰੀਤ ਮੈਨੂੰ ਥੋੜੇ ਜਿਹੇ ਪੈਸੇ ਦੇ ਦੇ ਯਾਰ ਕਿੱਥੋਂ ਦੇ ਦਾਂ ਹੈਗੇ ਤਾਂ ਹੈਗੇ ਨੇ ਤੇਰੇ ਕੋਲੇ ਪੈਸੇ ਕਿਉਂ ਮੇਰੇ ਕੋਲੇ ਕਿਹੜੇ ਪੈਸੇ ਆ ਇੰਨੀ ਤਾਂ ਤੈਨੂੰ ਸਲਾਮੀ ਬਣੀ ਸੀ ਤੂੰ ਉਹ ਕਿਹੜਾ ਮੈਨੂੰ ਸਾਰੇ ਦਿੱਤੇ ਉਹ ਵੀ ਤੇਰੇ ਕੋਲੇ ਪਈ ਆ ਇਹ ਲੈ ਤਾਂ ਗਏ ਸੀ ਤੁਸੀਂ ਪਰਸੋਂ ਮੇਰੇ ਤੋਂ 10,000 ਉਹ ਪਰਸੋਂ ਫਿਰ ਉਹਦਾ ਗੱਡੀ ਦਾ ਕੰਮ ਕਰਾਇਆ ਸੀ ਹੁਣ ਆ ਮੋਟਰਸਾਈਕਲ ਦਾ ਕਰਾਉਣ ਵਾਲਾ ਪਿਆ ਇਹਦਾ ਕੰਮ ਕਰਾਉਣਾ ਤੁਹਾਡੇ ਤਾਂ ਰੋਜ਼ ਹੀ ਕੋਈ ਨਾ ਕੋਈ ਕੰਮ ਆਏ ਰਹਿੰਦੇ ਆ ਫਿਰ ਕੀ ਹੁੰਦਾ ਹੁਣ ਆਪਣਾ ਤਾਂ ਸਾਰਾ ਕੁਝ ਸਾਂਝਾ ਹੀ ਆ ਤੂੰ ਦੇ ਦੇ ਮੈਨੂੰ ਪੈਸੇ ਨਾ ਮੈਨੂੰ ਇਹ ਦੱਸੋ ਵੀ ਮੈਂ ਬੈਂਕ 'ਚ ਜੋਬ ਕਰਦੀ ਹਾਂ ਵੀ ਤੁਹਾਨੂੰ ਰੋਜ਼ ਰੋਜ਼ ਪੈਸੇ ਦੇ ਦਾਂ ਫਿਰ ਤੇਰੇ ਪਿਓ ਕੋਲੋਂ ਫੜ ਲਿਆ ਉਹਦੇ ਕੋਲੇ ਬਥੇਰੇ ਪੈਸੇ ਨੇ ਉਹਦਾ ਕਿਹੜਾ ਖਰਚਾ ਕੋਈ ਕਿਉਂ ਰਿਸ਼ਤਾ ਮੇਰੇ ਪਿਓ ਤੋਂ ਪੈਸਿਆਂ ਕਰਕੇ ਕਰਵਾਇਆ ਸੀ ਤੁਸੀਂ ਉਹ ਪੈਸਿਆਂ ਵਾਲੀ ਕੀ ਗੱਲ ਆ ਫਿਰ ਕੀ ਹੁੰਦਾ ਉਹਦਾ ਵੀ ਸਾਰਾ ਕੁਝ ਆਪਣਾ ਹੀ ਆ ਫਿਰ ਕੀ ਹੁੰਦਾ ਜੀ ਲੈ ਆਏਗੀ 4 ਪੈਸੇ ਹਾਂ ਤੁਹਾਡੇ ਵਰਗੇ ਨਸ਼ੇੜੀ ਦਾ ਸਾਰਾ ਕੁਝ ਨਾਲੇ ਤੈਨੂੰ ਕਿਹਨੇ ਕਹਿਤਾ ਮੈਂ ਨਸ਼ੇ ਕਰਦਾ ਉਈ ਮਰੀ ਜਾਨੀ ਰਹਿਣੀ ਆ ਤੂੰ ਕਹਿਣ ਨੂੰ ਕੀ ਆ ਤੁਹਾਡੀਆਂ ਹਰਕਤਾਂ ਤੋਂ ਹੀ ਪਤਾ ਲੱਗਦਾ ਜਾਦੇ ਨਾ ਬਕਵਾਸ ਕਰ ਮੈਂ ਨਾਲੇ ਕੋਈ ਨਸ਼ੇ ਨੁਸ਼ੇ ਨਹੀਂ ਕਰਦਾ ਇਹ ਤਾਂ ਮੈਂ ਬਿਮਾਰ ਹੋ ਗਿਆ ਸੀ ਤਾਂ ਮੈਨੂੰ ਐਂ ਕਮਜ਼ੋਰੀ ਜੀ ਆ ਰਹੀ ਹੈ ਸਭ ਪਤਾ ਮੈਨੂੰ ਆ ਬੇੜਾ ਬੈਠਾ ਉਸ ਵਿਚੋਲੇ ਦਾ ਜਿਹਨੇ ਮੈਨੂੰ ਤੁਹਾਡੇ ਲੜ ਲਾਇਆ ਲਹੂ ਪੀ ਲਿਆ ਮੇਰਾ ਪਤਾ ਨਹੀਂ ਮੈਂ ਉਹਦਾ ਕੀ ਬੁਰਾ ਕਰਤਾ ਸੀ ਇਹੋ ਜਿਹਾ ਹੁਣ ਤਾਂ ਮੇਰੇ ਨਾਲ ਵੀ ਧੋਖਾ ਕਰ ਗਿਆ ਸਾਲਾ ਮੈਨੂੰ ਕਹਿੰਦਾ ਸੀ ਵਿਆਹ ਤੋਂ ਬਾਅਦ ਤੈਨੂੰ ਮੌਜਾਂ ਹੋਣਗੀਆਂ ਵਾਧੂ ਪੈਸੇ ਰਿਹਾ ਕਰਨਗੇ ਤੇਰੇ ਕੋਲ ਮੈਨੂੰ ਤਾਂ ਕਿਸੇ ਨੇ ਦੁੱਕੀ ਨਹੀਂ ਦਿੱਤੀ ਤੁਹਾਡੇ ਨਾਲ ਧੋਖਾ ਕੀ ਹੋਇਆ ਧੋਖਾ ਤਾਂ ਮੇਰੇ ਨਾਲ ਹੋਇਆ ਮੇਰੇ ਪਿਓ ਨੇ ਇੰਨਾ ਔਖਾ ਹੋ ਕੇ ਪੜਾਇਆ ਲਿਖਾਇਆ ਸੀ ਮੈਨੂੰ ਅਰੇ ਪੈਸੇ ਬੁੜੀ ਜੀ ਲੈ ਗਈ ਉੱਤੇ ਕੁੰਡਲੀ ਮਾਰੀ ਬੈਠੀ ਆ ਸੱਪ ਮੰਗੂ ਹੁਣ ਤੂੰ ਦੇ ਦੇ ਮੈਨੂੰ ਥੋੜੇ ਬਹੁਤੇ ਪੈਸੇ ਤਾਂ ਦੇ ਦੇ ਆ ਬੰਨੇ ਤੇਰੇ ਮੂਰੇ ਹੱਥ ਹੈ ਨਹੀਂ ਮੇਰੇ ਕੋਲ ਪੈਸੇ ਪੂਸੇ ਓ ਯਾਰ ਪਰਸੋਂ ਤਾਂ ਤੈਨੂੰ ਮਾਸੀ ਦੇ ਕੇ ਗਈ ਆ ਪੈਸੇ ਮੈਨੂੰ ਪਤਾ ਨਹੀਂ ਤੇਰੇ ਬਾਦਾ ਤੁਹਾਡੀ ਮਾਂ ਕੋਲ ਹੀ ਆ ਲੈ ਲਓ ਜੇ ਦਿੰਦੀ ਆ ਜਾ ਕੇ ਪੈਸੇ ਉਹ ਬੁੜੀ ਜੀ ਕਿੱਥੇ ਦੀਵਾਨੀ ਦਿੰਦੀ ਆ ਮੈਨੂੰ ਲੱਗਦਾ ਉਹਦੀ ਗੁੱਤ ਪੱਟਣੀ ਪਊ ਮੈਨੂੰ ਮੈਂ ਦੰਨਾਂ ਨੂੰ ਪਾ ਮਾਂ ਮਾਂ ਕੀ ਬੁਰਾ ਕੀਤਾ ਸੀ ਮੈਂ ਕਿਸੇ ਦਾ ਜਿਹੜਾ ਮੈਨੂੰ ਇਹੋ ਜਿਹੇ ਦੇ ਲੜ ਲਾਤਾ ਮੇਰੇ ਪਿਓ ਨੂੰ ਕੀ ਪਤਾ ਵੀ ਇਹ ਰਿਸ਼ਤਾ ਸਿਰਫ ਪੈਸਿਆਂ ਕਰਕੇ ਹੋਇਆ ਏ ਤੇਰੀ ਧੀ ਦੀ ਤਾਂ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਬਾਪੂ ਮਾਂ ਨੀ ਮਾਂ ਮੈਨੂੰ ਪੈਸੇ ਦੇ ਮੈਂ ਕਿੱਥੋਂ ਪੈਸੇ ਦੇਵਾਂ ਮੇਰੇ ਕੋਲ ਹੈ ਨਹੀਂ ਪੈਸੇ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਦੇ ਉਦੋਂ ਤਾਂ ਵਿਆਹ ਵੀ ਕਰਤਾ ਮੇਰਾ ਹੁਣ ਪੈਸੇ ਤਾਂ ਦੇ ਦਿਓ ਮੈਨੂੰ ਕਬੀਲਦਾਰੀ ਵੀ ਚਲਾਉਣੀ ਆ ਮੈਂ ਕਬੀਲਦਾਰੀ ਤੇਰੀ ਕਿਹੜੀ ਐਡੀ ਆ ਕਬੀਲਦਾਰੀ ਚਲਾਉਣ ਨੂੰ ਹਜੇ ਮੈਂ ਬੈਠੀ ਆ ਉਹ ਮੈਂ ਗੱਡੀ ਨੂੰ ਠੀਕ ਕਰਾ ਕੇ ਲਿਆਇਆ ਕੱਲ ਹੁਣ ਮੋਟਰਸਾਈਕਲ ਕਰਾ ਕੇ ਲਿਆਉਣਾ ਮੈਨੂੰ ਪੈਸੇ ਦੇ ਮੈਨੂੰ ਨਹੀਂ ਪਤਾ ਮੇਰੇ ਕੋਲ ਹੈ ਨਹੀਂ ਹਜੇ ਪੈਸੇ ਮਾਂ ਮੈਨੂੰ ਪੈਸੇ ਦੇ ਮੈਂ ਤੈਨੂੰ ਦੱਸਤੀ ਗੱਲ ਕਿਉਂ ਤੰਗ ਕਰਦਾ ਮੈਨੂੰ ਤੂੰ ਪੈਸੇ ਦੇ ਮੈਨੂੰ ਨਹੀਂ ਪਤਾ ਕਿੱਥੇ ਲੁਕੋ ਰੱਖਣੇ ਬੁੜੀਏ ਪੈਸੇ ਤੂੰ ਹੈ ਨਹੀਂ ਮੇਰੇ ਕੋਲ ਮੈਨੂੰ ਨਹੀਂ ਪਤਾ ਪੈਸੇ ਦੇ ਮੈਨੂੰ ਲੋੜ ਆ ਪੈਸਿਆਂ ਦੀ ਕਿਉਂ ਤੂੰ ਮੇਰਾ ਕਿੱਥੇ ਲੁਕੋ ਕੇ ਰੱਖਦੀ ਹੈ ਲਹੂ ਪੀਤਾ ਆ ਮੇਰੇ ਕੋਲ ਹੈ ਨਹੀਂ ਪੈਸੇ ਮੈਂ ਤੈਨੂੰ ਗੱਲ ਕਹਿਦੀ ਇੱਕ ਪੈਸੇ ਦੇ ਦੇ ਨਾ ਮੈਨੂੰ ਉਹ ਪੈਸੇ ਦਿੰਦੀ ਆ ਨਾ ਤੂੰ ਦਿੰਨੀ ਆ ਤੈਨੂੰ ਕਾਹਦੇ ਵਾਸਤੇ ਚਾਹੀਦੇ ਨੇ ਪੈਸੇ ਮੈਨੂੰ ਲੋੜ ਆ ਪੈਸਿਆਂ ਦੀ ਕਿਹੜੀ ਤੂੰ ਕਬੀਲਦਾਰੀ ਐਡੀ ਚਲਾਉਣੀ ਆ
मैं तेन कह लगे मैं पैसे दे दे मैं कुछ कर दू इतना पैसा की लोड़ा भूकन ना लग जाओ मैनू पैसे दियो चुप कर एदा केड़ा अज दा काम है एदा तां रोज दा यही काम है मेरे हड्ड कुट दा सारे लाने विच नक वड्डी जाऊगी ना दसी मेरी ती फिर तुसी मेरी जिंदगी क्यों बर्बाद कीती जदों तुहानू पता सी तुहाडा मुंडा नशे करदा पता इहनू किसे ने नशे ते लाता पर मैनू ए नहीं सी पता वे एदा भी मेरे नाल करूंगा अज तां मैं आपदे डैडी नू बुलाऊं रब्बा मेरे नाल की वैर कट्टिया मेरा पुत किसे ने नशे ते लाता देखो भैन जी सब तो कोई गलती हो गई या लैन देन दे विच कोई घाट रह गई या फिर साड़ी कुड़ी दे विच कोई घाट है भी यह कम नहीं करती सारे यह कम जानती है सिलाई कढ़ाई यह जानती है पढ़ी लिखी यह हैगी है दूजे दिन फोन आ जाता भी कुड़ी कुटती क्यों यह जानवर है कोई वीर जी मैनू माफ कर दो मेरा मुंडा ही नलायक है मैनू व्याहना ही नहीं सी चाहीदा यह तो मैं बचोले दे कहे ते अपने मुंडे का रिश्ता करता ते उपर दी मैं तो 70,000 रुपया भी लै गया कि मैं तेरा मुंडा व्याह दूंगा बल्ले माई तेरे बल्ले 70,000 जे तेरा मुंडा कोई काम ना होंदा इत्थे पचोले गेड़े ना मार दे ओ ता हाड़े कढ़दी सी मेरे मुंडे नूं रिश्ता करा दे हुण अके 70,000 लै गया देख लै मैं गल्लां करदी ना तू मैनू तां दस्सिया नहीं भी उहनूं पैसे दे के रिश्ता कराया नाले ओ ता उहदी तां कोई गल नहीं पूरी हुई ओ ता मैनूं कहिंदा सी तैनूं व्याह तों बाद मौजां होणगीआं वाधू पैसे होणगे आ बैठा मैं तां कदा पंजी नहीं हैगी की मौज नहीं हैगी ਮੈਂ ਮੈਨੂੰ ਗੱਲ ਤੈਨੂੰ ਰੋਟੀ ਪਾਣੀ ਦਿੰਦੀ ਨਹੀਂ ਕੁੜੀ ਫੁੱਲ ਦਿੰਦੀ ਆ ਜੀ ਸੇਵਾ ਕੋਈ ਕੱਪੜਾ ਲੀੜਾ ਨਹੀਂ ਮਿਲਦਾ ਇਹੀ ਹੁੰਦੀ ਆ ਐਸ਼ਾ ਹੋਰ ਕੀ ਤੂੰ ਹੋਰ ਕੀ ਮੰਗਦਾ ਤੂੰ ਪੈਸੇ ਵੀ ਦੇਵੇ ਕੋਈ ਪੰਜੀ ਤਾਂ ਦਿੰਦਾ ਨਹੀਂ ਕੋਈ ਮੈਨੂੰ ਮੇਰੀ ਕਬੀਲਦਾਰੀ ਨਹੀਂ ਨਾਲੇ ਤਾਇਆ ਆ ਤੇਰੇ ਸਾਹਮਣੇ ਬੈਠਾ ਹੁਣ ਰੌਲਾ ਪੈਸਿਆਂ ਦਾ ਤੁਸੀਂ ਮੇਰੇ ਸਿਰ ਨਾਲੇ ਤੂੰ ਵੀ ਤਾਂ ਜਵਾਕਾਂ ਮਗਰ ਘੱਟ ਲੱਗਿਆ ਕਰ ਅਹਿਆ ਦੀਆਂ ਨਿੱਕੀਆਂ ਮੁੱਟੀਆਂ ਗੱਲਾਂ ਤਾਂ ਪਰਿਵਾਰਾਂ 'ਚ ਹੁੰਦੀ ਰਹਿੰਦੀਆਂ ਨੇ ਆਹ ਗੱਲਾਂ ਵਾਸਤੇ ਪੰਚਾਇਤਾਂ ਕਰਨ ਲੱਗੇ ਫਿਰ ਤਾਂ ਸਰ ਗਿਆ ਉਹ ਤੂੰ ਕੁੜੀ ਤੋਂ ਪੈਸੇ ਮੰਗਦਾ ਹੈ ਤੂੰ ਆਪ ਕੋਈ ਕੰਮ ਕਰ ਲੈ ਤੈਨੂੰ ਪੈਸਿਆਂ ਦੀ ਲੋੜ ਹੀ ਨਾ ਪਵੇ ਮੈਨੂੰ ਨਹੀਂ ਕੋਈ ਕੰਮ ਕੁੰਮ ਕਰਨਾ ਆਉਂਦਾ ਯਾਰ ਮੈਨੂੰ ਤਾਂ ਜਦੋਂ ਮੇਰੇ ਕੋਲ ਜ਼ਮੀਨ ਹੈਗੀ ਆ ਮੈਨੂੰ ਕੰਮ ਕਰਨ ਦੀ ਕੀ ਲੋੜ ਹੈ ਬਸ ਅੜਾਈ ਜਾਂਦਾ ਨਸ਼ੇ ਮੂੰਹ ਤੂੰ ਵੀ ਮੈਨੂੰ ਕੀ ਕਹਿੰਦਾ ਸੀ ਮੇਰੀ ਭੈਣਾਂ ਵਰਗੀ ਹੈ ਮੇਰੀ ਧੀਆਂ ਵਰਗੀ ਹੈ ਆਹ ਦੇਖ ਲੈ ਹੁਣ ਤੂੰ ਤੇਰੀ ਭੈਣ ਦਾ ਕੀ ਹਾਲ ਹੈ ਪੁੱਤਾ ਯਾ ਤੂੰ ਮੇਰੀ ਗੱਲ ਨੂੰ ਸਮਝਦਾ ਨਹੀਂ ਭਲਾ ਤੂੰ ਦੱਸ ਭਾਈ ਵਿਆਹ ਤੋਂ ਪਹਿਲਾਂ ਰਿਸ਼ਤਾ ਉਹ ਕਰਦਾ ਸੀ ਨਸ਼ਾ ਕਰਦਾ ਸੀ ਤੂੰ ਯਾਰ ਨਸ਼ਾ ਤਾਂ ਮੈਂ ਹੁਣ ਵੀ ਨਹੀਂ ਕਰਦਾ ਮੇਰੇ ਤਾਂ ਉਹੀ ਦੂਸਰਾ ਲਾ ਰੱਖੇ ਨੇ ਜ਼ਿੰਮੇਵਾਰੀ ਹੁੰਦੀ ਹੈ ਨਸ਼ਾ ਤੁਹਾਡੇ ਮੂੰਹ ਤੇ ਮੁੰਡਾ ਕਹੀ ਜਾਂਦਾ ਮੈਂ ਕਰਦਾ ਨਹੀਂ ਸੀ ਬਾਕੀ ਹੁਣ ਭਾਈ ਪੈਸਿਆਂ ਦੀ ਗੱਲ ਹੈ ਤੁਹਾਡਾ ਪੁੱਤ ਹੈ ਤੁਸੀਂ ਦਿਓ ਤੁਹਾਡਾ ਜਵਾਈ ਹੈ ਤੁਸੀਂ ਦਿਓ ਹੁਣ ਪੈਸੇ ਵੀ ਵਿਚੋਲਾ ਲੈ ਕੇ ਦੇਵੇ ਇਹਨੂੰ ਪੈਸਿਆਂ ਦਾ ਰੌਲਾ ਉੱਕ ਬਾ ਕਬੀਲਦਾਰੀ ਆ ਨਸ਼ੇ ਪਿੱਛੇ ਤਾਂ ਨਾ ਮੈਨੂੰ ਮੇਰੀ ਮਾਂ ਨਹੀਂ ਬਦਨਾਮ ਕਰਤਾ ਮੈਨੂੰ ਤਾਂ ਸੌਂ ਲੱਗੇ ਜੇ ਕਦੇ ਕੋਈ ਨਸ਼ਾ ਕਰਿਆ ਹੋਵੇ ਆ ਚਾਰ ਕ ਸਾਡੇ ਗਵਾਂਢੀ ਨੇ ਕਿ ਨਸ਼ੇ ਕਰਦਾ ਉਹੀ ਬਦਨਾਮ ਕਰੀ ਜਾਂਦੇ ਨੇ ਮੈਨੂੰ ਮੈਂ ਤਾਂ ਕੋਈ ਨਸ਼ਾ ਨਹੀਂ ਕਰਦਾ ਇਹ ਤਾਂ ਮੈਂ ਹੀ ਬੇਵਕੂਫ ਨਾ ਗਿਆ ਜਿਹੜਾ ਇਹਦੇ ਮਗਰ ਲੱਗ ਗਿਆ ਹਜੇ ਵੀ ਓਲੇ ਕਿੰਨਾ ਕੁ ਟਾਈਮ ਪਰਦੇ ਬਾਗੇ ਰੱਖੋਗੇ ਤੁਸੀਂ ਤਾਂ ਸਾਰੇ ਵਿਚੋਲੇ ਤੇ ਆ ਚੜੋ ਅੱਗੇ 70,000 ਲੈ ਗਿਆ ਮਾਈ ਰਿਸ਼ਤਾ ਨਹੀਂ ਕਰਾਇਆ ਗਊ ਵਰਗੀ ਕੁੜੀ ਲੈ ਕੇ ਦੇਤੀ ਤੈਨੂੰ ਨਾਲੇ ਤਾਇਆ ਤੂੰ ਜੇ ਆਪਾਂ ਕੋਈ ਗਊ ਬੱਛਾ ਵੀ ਲੈਣ ਜਾਈਏ ਨਾ ਤਾਂ ਵੀ ਆਪਾਂ ਦੋ ਜਾਣੇ ਨਾਲ ਲੈ ਕੇ ਜਾਂਦੇ ਹਾਂ ਭੈਣ ਭਾਈ ਵੀ ਪਰਖ ਨਾਲ ਵਧੀਆ ਲੈ ਆਵਾਂਗੇ ਤੂੰ ਤੀ ਦਾ ਰਿਸ਼ਤਾ ਉਹੀ ਕਰਤਾ ਫਿਰ ਉਹ ਮੈਂ ਤਾਂ ਤੇਰੇ ਭਰੋਸੇ ਰਹਿ ਗਿਆ ਬੇਵਕੂਫ ਤਾਂ ਮੈਂ ਆ ਤੁਹਾਡਾ ਤਾਂ ਕੋਈ ਕਸੂਰ ਨਹੀਂ ਨਾ ਕਾਨੂੰ ਉਦੋਂ ਅੰਨਾ ਹੋ ਗਿਆ ਸੀ ਲਾਲਚ ਚ ਵੀ 13 ਕਿੱਲੇ ਜ਼ਮੀਨ ਆਉਂਦੀ ਆ ਆਹ ਬੰਨੇ ਤੁਹਾਡੇ ਮੂਹਰੇ ਦੋ ਹੱਥ ਆਪਦੀ ਆਪ ਨਜਿੱਠ ਲਓ
ਆ ਤੁਰ ਗਿਆ ਤਾਂ ਉਹਦੇ ਮਗਰ ਲੱਗ ਕੇ ਨਾਲ ਤਾਂ ਪੈਸੇ ਲੈ ਗਿਆ ਨਾਲੇ ਕੋਈ ਫਾਇਦਾ ਨਹੀਂ ਹੋਇਆ ਰਿਸ਼ਤੇ ਕਰਾਏ ਦਾ ਉਹ ਤੁਰ ਗਿਆ ਤਾਂ ਮੰਮੀ ਆ ਗਮੰਡੀ ਜੀ ਆ ਜਾਂਦੇ ਨੇ ਮੇਰਾ ਕੀ ਕਸੂਰ ਸੀ ਪੁੱਤ ਤੇਰਾ ਕੋਈ ਕਸੂਰ ਨਹੀਂ ਕਸੂਰ ਸਾਰਾ ਮੇਰਾ ਆ ਡੈਡੀ ਜੀ ਵਾਹੀ ਜੀ ਮੈਨੂੰ ਮਾਫ ਕਰ ਦੋ ਮੈਨੂੰ ਮਾਫ ਕਰ ਦੋ ਦੇਖੋ ਭੈਣ ਜੀ ਹੁਣ ਤਾਂ ਮੈਂ ਕੁੜੀ ਨੂੰ ਲੈ ਕੇ ਜਾਣਾ ਤੁਸੀਂ ਆਪ ਸੋਚ ਲਿਓ ਕੀ ਕਰਨਾ ਚਲਤੀ ਏ ਜੇ ਤੁਸੀਂ ਇਹਦਾ ਰਿਸ਼ਤਾ ਕਰਨ ਦੀ ਬਜਾਏ ਇਹਨੂੰ ਸੈਂਟਰ ਛੱਡੇ ਆਉਂਦੇ ਨਾ ਤਾਂ ਵਧੀਆ ਸੀ ਨਸ਼ੇ ਤਾਂ ਛੱਡ ਦਿੰਦਾ ਤੁਹਾਡਾ ਮੁੰਡਾ ਨਾ ਪੁੱਤ ਇਹਦਾ ਆਪਾਂ ਬੇਵਕੂਫਾਂ ਜਿਹੜਾ ਕੁਛ ਦੇਖਿਆ ਨਹੀਂ ਚਲ ਠੀਕ ਹੈ ਭੈਣ ਜੀ ਅੱਗੇ ਦੇਖਦੇ ਹਾਂ ਕੀ ਬਣਦਾ ਸਤਿ ਸ਼੍ਰੀ ਅਕਾਲ ਚਲਦੀ ਏ ਦੀਪ ਦੇਖ ਲਾ ਤੇਰੇ ਇੱਕ ਨਸ਼ੇ ਦੀ ਲੱਤ ਨੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਮੈਂ ਉਹ ਬਗਾਨੀ ਧੀ ਦੀ ਜ਼ਿੰਦਗੀ ਖਰਾਬ ਕਰਤੀ ਮੈਨੂੰ ਕਦੀ ਵਾਹਿਗੁਰੂ ਨੇ ਵੀ ਮਾਫ਼ ਨਹੀਂ ਕਰਨਾ ਜਿਹੜਾ ਮੈਂ ਬਗਾਨੀ ਧੀ ਨੂੰ ਤੇਰੇ ਲੜ ਲਾਤਾ ਮੈਨੂੰ ਮਾਫ਼ ਕਰ ਦੇ ਰੱਬਾ ਮੈਂ ਬਗਾਨੀ ਧੀ ਆਪਣੇ ਘਰ ਲਿਆ ਕੇ ਨਸ਼ੇਈ ਪੁੱਤ ਦੇ ਲੜ ਲਾਤੀ ਸਿਰਫ ਇਹੀ ਵਜ੍ਹਾ ਕਰਕੇ ਕਿ ਮੇਰਾ ਪੁੱਤ ਨਸ਼ੇ ਕਰਦਾ ਸੁਧਰ ਜਾਊਗਾ ਸੁਧਰ ਜਾਊਗਾ ਮੈਨੂੰ ਕਦੀ ਵੀ ਭਲਾ ਨਹੀਂ ਹੋਣਾ ਮੇਰਾ ਮੈਂ ਚਿੱਟਾ ਪੀਣ ਵਾਲੇ ਮੁੰਡੇ ਦੇ ਲੜ ਇੰਨੀ ਪੜ੍ਹੀ ਲਿਖੀ ਕਿਸੇ ਦੀ ਧੀ ਲਾਤੀ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰਤੀ ਮੈਂ ਰੱਬਾ ਮੈਨੂੰ ਮਾਫ ਕਰ ਦੇ ਮੈਨੂੰ ਮਾਫ ਕਰ ਦੇ ਰੱਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੋਲ ਲਿਖੀ ਵਾ ਤੇ ਤੁਸੀਂ ਖੀਵਾ ਟੀਵੀ ਚੈਨਲ ਦੇਖ ਰਹੇ ਹੋ ਉਮੀਦ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜਿਵੇਂ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਨੂੰ ਕੁਛ ਜ਼ਿਆਦਾ ਪਿਆਰ ਤਾਂ ਨਹੀਂ ਦਿੰਦੇ ਹਾਲਾਂਕਿ ਇੰਨੇ ਵਿਊ ਨਹੀਂ ਆਉਂਦੇ ਸਾਡੇ ਆਰਟਿਸਟਾਂ ਨੇ ਆਪ ਹੀ ਸਾਨੂੰ ਕਿਹਾ ਪਰ ਆਹ ਵੀਡੀਓ ਆਸ ਕਰਦੇ ਹਾਂ ਵੀ ਤੁਹਾਨੂੰ ਹੋਰ ਜ਼ਿਆਦਾ ਵਧੀਆ ਲੱਗੂਗੀ ਕਿਉਂਕਿ ਇਹ 'ਚ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕਰੀ ਆ ਖਾਸ ਕਰਕੇ ਆਪਣੇ ਲੋਕਾਂ 'ਚ ਇੱਕ ਨਾ ਰਿਵਾਜ਼ ਚੱਲਿਆ ਹੋਇਆ ਜੇ ਕਿਸੇ ਦੇ ਧੀ ਪੁੱਤ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਨੇ ਇੱਕ ਥੋਟ ਕ੍ਰੀਏਟ ਕੀਤਾ ਹੋਇਆ ਵੀ ਉਹਨੂੰ ਚੱਕ ਕੇ ਵਿਆਹ ਕਰ ਦਿਉ ਵਿਆਹ ਤੋਂ ਬਾਅਦ 'ਚ ਜ਼ਿੰਮੇਵਾਰੀਆਂ ਪੈ ਜੂ ਉਹ ਸੁਧਰ ਜੂ ਹਾਲਾਂਕਿ ਕਈ ਵਾਰ ਇਹ ਆਪਾਂ ਅੱਖੀ ਵੀ ਦੇਖਿਆ ਨਾ ਇਹ ਸਟੈਪ ਆਪਣੇ ਲਈ ਗਲਤ ਘਾਤਕ ਸਾਬਤ ਹੋ ਜਾਂਦਾ ਆਪਾਂ ਕਿਸੇ ਦੇ ਧੀ ਪੁੱਤ ਦੀ ਜਿਹੜੀ ਹੈ ਜ਼ਿੰਦਗੀ ਖਰਾਬ ਕਰ ਦਿੰਦੇ ਹਾਂ ਉਸੇ ਟੋਪਿਕ 'ਤੇ ਕਿ ਅਸੀਂ ਵੀਡੀਓ ਬਣਾਈ ਹੈ ਜਿਹਦੇ ਵਿੱਚ ਇੱਕ ਨਸ਼ੇੜੀ ਦਾ ਕਰੈਕਟਰ ਮੇਰੇ ਭਰਾ ਦੀਪ ਨੇ ਅਦਾ ਕੀਤਾ ਹੈ ਨਾ ਸੋ ਤੁਹਾਨੂੰ ਜਿਵੇਂ ਵੀ ਇਹ ਵੀਡੀਓ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਆਪਣੇ ਵੈਲਿਊਏਬਲ ਕਮੈਂਟ ਅਸੀਂ ਹਰੇਕ ਕਮੈਂਟ ਨੂੰ ਬੜੇ ਧਿਆਨ ਨਾਲ ਪੜ੍ਹਦੇ ਹਾਂ ਪਰ ਇੱਕ ਬੇਨਤੀ ਆ ਸੰਜੀਦਾ ਕਮੈਂਟ ਜ਼ਰੂਰ ਕਰਿਓ ਆਪਣੀ ਸ਼ਬਦਾਵਲੀ ਉਹੀ ਜਿਹੀ ਰੱਖਿਓ ਕਿਉਂਕਿ ਹਰੇਕ ਕਰੈਕਟਰ ਆਪਣਾ ਇੱਕ ਕਰੈਕਟਰ ਨਿਭਾ ਰਿਹਾ ਤਾਂ ਜੋ ਇੱਕ ਵਧੀਆ ਮੈਸੇਜ ਸਮਾਜ ਨੂੰ ਦਿੱਤਾ ਜਾ ਸਕੇ ਅਸੀਂ ਵੀ ਉਵੇਂ ਦਾ ਲੱਚਰ ਕੁਛ ਪੇਸ਼ ਕਰਕੇ ਵਧੀਆ ਵਿਊ ਲੈ ਸਕਦੇ ਹਾਂ ਪਰ ਸਾਡੀਆਂ ਜਿਹੜੀਆਂ ਸਟੋਰੀਆਂ ਹੁੰਦੀਆਂ ਪਰਿਵਾਰਕ ਹੁੰਦੀਆਂ ਕੋਸ਼ਿਸ਼ ਕਰੀਦੀ ਹਰੇਕ ਵਾਰੀ ਇੱਕ ਨਵੇਂ ਸੰਦਰਭ 'ਤੇ ਨਵੀਂ ਵੀਡੀਓ ਲੈ ਕੇ ਨਵਾਂ ਸੁਨੇਹਾ ਤੁਹਾਨੂੰ ਦਿੱਤਾ ਜਾਵੇ ਬਾਕੀ ਸਾਡੇ ਆਰਟਿਸਟ ਤੁਹਾਡੇ ਨਾਲ ਗੱਲ ਕਰਨਗੇ ਮੈਮ ਬੋਲਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਕੁਲਦੀਪ ਦਸਾਂਝ ਸਿੱਖੀਵਾ ਟੀਵੀ ਚੈਨਲ 'ਤੇ ਵੀਡੀਓ ਬਣਾਈ ਆ ਨਸ਼ਿਆਂ ਵਾਸਤੇ ਅਤੇ ਇਸ ਵੀਡੀਓ ਨੂੰ ਸਾਡੀ ਨੂੰ ਵੱਧ ਤੋਂ ਵੱਧ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ